ਸਾਡਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਜੀ ਮੌਜੂਦ ਨੇ ਮੀਟਿੰਗ ਹੋਈ ਉਹਦੇ ਬਾਰੇ ਗੱਲਬਾਤ ਉਹਨਾਂ ਨਾਲ ਕਰਦੇ ਆ ਸਰ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਚਿੱਠੀ ਆਈ ਹੋਈ ਹੈ ਉਹ ਚਿੱਠੀ ਬਾਰੇ ਕੀ ਵਿਚਾਰ ਹੋਇਆ ਕੋਈ ਜਥੇਬੰਦੀਆਂ ਨੇ ਪੰਜਾਬ ਦੀਆਂ ਜਿਹੜੀਆਂ 32 ਜਥੇਬੰਦੀਆਂ ਨੇ ਉਹਨਾਂ ਨੇ ਕੋਈ ਚਾਰ ਕੀਤੀ ਆਹੋ ਚਿੱਠੀ ਕੱਲ ਆਈ ਆ ਉਹ 'ਚ ਕੁਝ ਨਵਾਂ ਹੈ ਨਹੀਂਗਾ ਫਾਈਨਲ ਫੈਸਲਾ ਸੀ ਕੱਲ ਨੂੰ ਜਿਹੜੀ ਦੇਸ਼ ਪੱਧਰੀ ਮੀਟਿੰਗ ਆ ਉਹਦੇ 'ਚ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਠੀਕ ਉਹ 'ਚ ਕਰਾਂਗੇ ਜੀ ਮੈਨੂੰ ਇਹ ਦੱਸੋ ਕਿ ਉਹ ਚਿੱਠੀ ਤੁਹਾਨੂੰ ਲੱਗਦਾ ਕਿ ਸਰਕਾਰ ਦਾ ਇੱਕ ਸੱਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੇ ਸਿਰਫ ਆਪਣਾ ਪੱਖ ਰੱਖ ਦਿੱਤਾ ਹੈ ਅਤੇ ਤਰੀਕ ਅਤੇ ਸਮੇਂ ਦੀ ਵੀ ਗੱਲ ਤੁਹਾਡੇ 'ਤੇ ਪਾਤੀ ਇਹ ਅੱਗੇ ਉਹਨਾਂ ਦੀ ਉੱਦਾਂ ਹੀ ਖੇਡ ਆ ਜੇ ਚਲੋ ਸਾਨੂੰ ਵੀ ਕਹਿ ਦਾ ਵੀ ਤਰੀਕ ਟਾਈਮ ਤੁਸੀਂ ਦੇ ਦਿਓ ਦੇ ਦਾਂਗੇ ਜੇ ਸਾਨੂੰ ਲੱਗੂਗਾ ਵੀ ਜਾਣਾ ਚਾਹੀਦਾ ਜੇ ਫੈਸਲਾ ਹੋਏਗਾ ਨਹੀਂ ਜਾਣਾ ਚਾਹੀਦਾ ਅਸੀਂ ਦੱਸ ਦਿਆਂਗੇ ਕਿ ਪਹਿਲਾਂ ਸਰਕਾਰ ਆਪਣੀ ਪ੍ਰਪੋਜ਼ਲ ਰੱਖੇ ਸਾਡੀਆਂ ਗੱਲਾਂ ਦਾ ਜਵਾਬ ਦੇਵੇ ਉਹਨਾਂ ਨੇ ਸੰਵਿਧਾਨ ਦੀ ਉਲੰਘਣਾ ਕਿਉਂ ਕਰੀ ਆ ਉਹ ਝੂਠ ਕਿਉਂ ਬੋਲ ਰਹੀ ਆ ਝੂਠਾ ਪ੍ਰਚਾਰ ਕਿਉਂ ਕਰ ਰਹੀ ਆ ਕਿਸ ਅਥਾਰਟੀ ਨੇ ਉਹਨਾਂ ਨੂੰ ਇਹ ਅਧਿਕਾਰ ਦਿੱਤਾ ਇਸ ਸੰਵਿਧਾਨ ਦੀ ਉਲੰਘਣਾ ਕਰਨ ਦਾ ਜਿਹੜਾ ਹੈ ਹੀ ਸੂਬਿਆਂ ਦਾ ਵਿਸ਼ਾ ਇਹ ਸਰਕਾਰ ਕਨਫਿਊਜ਼ ਕਰ ਰਹੀ ਆ ਕਿਸਾਨੀ ਨੂੰ ਅਤੇ ਖੇਤੀ ਨੂੰ ਖੇਤੀ ਤਾਂ ਚੱਲੂਗੀ 1973 ਦੇ ਵਿੱਚ ਅਮੈਰੀਕਾ 'ਚ ਉੱਥੋਂ ਦੀ ਸਰਕਾਰ ਨੇ ਕਾਨੂੰਨ ਬਣਾਇਆ ਵੀ ਜਾਂ ਤਾਂ ਵੱਡੀਆਂ ਡੇਅਰੀਆਂ ਬਣਾ ਲਓ ਨਹੀਂ ਬੰਦ ਕਰ ਦਿਓ ਅੱਜ ਉੱਥੇ ਹਾਲ ਇਹ ਆ ਵੀ ਇੰਨਾ ਦੁੱਧ ਉੱਥੇ ਵਾਧੂ ਹੋ ਗਿਆ ਉਹ ਇੱਥੇ ਲਿਆ ਕੇ ਸਿੱਟਤਾ ਗਰਮੀਆਂ ਦੇ ਵਿੱਚ ਲੋਕਾਂ ਦਾ ਭੁਲੇਖਾ ਇਹ ਹੋਇਆ ਕਰੋਨਾ ਕਰਕੇ ਰੇਟ ਨਹੀਂ ਵਧੇ ਪਰ ਇੱਥੇ ਆ ਉਹ ਦੁੱਧ ਆਇਆ ਕਰਕੇ ਉੱਥੋਂ ਮੱਕੀ ਵਾਧੂ ਆ ਗਈ ਖੇਤੀ ਤਾਂ ਹੋਊਗੀ ਪੈਦਾਵਾਰ ਹੀ ਵੱਧ ਸਕਦੀ ਆ ਪਰ ਜਿਹੜਾ 75 ਕਰੋੜ ਕਿਸਾਨ ਹੈ ਅਤੇ ਗੁਜ਼ਾਰਾ ਕਰਦਾ ਜਾਂ ਇਹਦੇ ਨਾਲ ਜੁੜਿਆ ਹੋਇਆ ਕਾਰੋਬਾਰ ਆ ਉਹਨਾਂ ਨੂੰ ਕਿੱਥੇ ਸੈੱਟ ਕਰਨਗੇ ਜਿੱਦਾਂ ਸਨਅਤਾਂ ਹੋਣ ਕਾਰਖਾਨੇ ਹੋਣ ਕੋਈ ਹੋਰ ਹੋਵੇ ਫਿਰ ਤਾਂ ਗੱਲ ਸਮਝ ਆਉਂਦੀ ਆ ਪਰ ਇਹ ਇਹਨਾਂ ਨੂੰ ਭੁੱਖੇ ਮਰਨ ਲਈ ਖੁੱਲ੍ਹਾ ਆਜ਼ਾਦੀ ਦੇ ਰਿਹਾ ਜਿਹੜੀ ਆਜ਼ਾਦੀ ਦੀ ਗੱਲ ਕਰ ਰਿਹਾ ਦੂਸਰੀ ਗੱਲ 75 ਕਰੋੜ ਲੋਕਾਂ ਨੇ ਖੁਦਕੁਸ਼ੀ ਨਹੀਂ ਕਰਨੀ ਉਹਨਾਂ ਨੇ ਇਹ ਨਹੀਂ ਕਰਨਾ ਉਹ ਸਮਾਜਿਕ ਸਮੱਸਿਆ ਵੀ ਬਣ ਸਕਦੀ ਹੈ ਇਸ ਕਰਕੇ ਸਰਕਾਰ ਨੂੰ ਅਗਾਹ ਕਰਦੇ ਹਾਂ ਵੀ ਇਹ ਪੁੱਠੇ ਸਿੱਧੇ ਕੰਮ ਕਰਨੇ ਬੰਦ ਕਰਕੇ ਤੁਸੀਂ ਸਹੀ ਰਾਹ 'ਤੇ ਆਓ ਜਿਹੜਾ ਤੁਹਾਡਾ ਦਾਇਰਾ ਤੁਸੀਂ ਕਿਸਾਨਾਂ ਨੂੰ ਕਹਿੰਦੇ ਤੁਹਾਨੂੰ ਸਮਝ ਨਹੀਂ ਸਮਝਾਉਣ ਆਇਆ ਸੀ ਕਹਿੰਦੇ ਤੁਹਾਨੂੰ ਸਮਝ ਨਹੀਂ ਤੁਹਾਡਾ ਜਿਹੜਾ ਅਧਿਕਾਰ ਖੇਤਰ 'ਚ ਹੈ ਨਹੀਂ ਪਹਿਲਾਂ ਇਹਦਾ ਜਵਾਬ ਦੇਣ ਤੁਹਾਡੇ ਜ਼ਰੀਏ ਅਸੀਂ ਮੰਗ ਕਰਦੇ ਹਾਂ ਵੀ ਪਹਿਲਾਂ ਇਹਦਾ ਜਵਾਬ ਦੇਣ ਵੀ ਜਿਹੜਾ ਤੁਹਾਡੇ ਅਧਿਕਾਰ ਖੇਤਰ 'ਚ ਹੈ ਨਹੀਂ ਦੋ ਚੀਜ਼ਾਂ ਨੇ ਇੱਕ ਫੂਡ ਗ੍ਰੇਨ ਉਹ ਇੱਥੋਂ ਇਹਨਾਂ ਦੇ ਅਧਿਕਾਰ ਖੇਤਰ 'ਚ ਹੈ ਨਹੀਂ ਕਿਸਾਨ ਫੂਡ ਗ੍ਰੇਨ ਪੈਦਾ ਕਰਦਾ ਆਟਾ ਦਾ ਵਪਾਰ ਨਹੀਂ ਕਰਦਾ ਨਾ ਚੌਲਾਂ ਦਾ ਵਪਾਰ ਕਰਦਾ ਇਸ ਕਰਕੇ ਜਿਹੜਾ ਫੂਡ ਗ੍ਰੇਨ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਇਹਨਾਂ ਕੋਲ ਹੈ ਨਹੀਂ ਗਾ ਪਹਿਲਾਂ ਇਹਦਾ ਜਵਾਬ ਦੇ ਸਰਕਾਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਵਪਾਰਕ ਪੱਖ ਤੋਂ ਕਾਨੂੰਨ ਤਿਆਰ ਕੀਤੇ ਹੈ ਖੇਤੀਬਾੜੀ ਕਿਸਾਨਾਂ ਦੇ ਕੋਲ ਜੋ ਚੀਜ਼ਾਂ ਨੇ ਉਹ ਸਾਰੀ ਉਹਨਾਂ ਦੇ ਕੋਲ ਰਹਿਣਗੀਆਂ ਨਾ ਜ਼ਮੀਨ ਖੋਈ ਜਾਏਗੀ ਅਸੀਂ ਸਿਰਫ ਖੇਤੀ ਦਾ ਵਪਾਰੀਕਰਨ ਕਰਕੇ ਇਹ ਚਾਹੁੰਦੇ ਹਾਂ ਕਿ ਕਿਸਾਨਾਂ ਦੀ ਪਹੁੰਚ ਜਿਹੜੀ ਹੈ ਉਹ ਹੋਰ ਖੇਤਰ ਤੱਕ ਵਧੇ ਕਿਸਾਨਾਂ ਦੀ ਇੱਕ ਦੁੱਖ ਦੀ ਗੱਲ ਆ ਕਿਹਾ ਜਾਂਦਾ ਜਮਹੂਰੀਅਤ ਹੈ ਲੋਕਾਂ ਦਾ ਰਾਜ ਆ ਲੋਕਾਂ ਵਾਲਾ ਦੁਆਰਾ ਲੋਕਾਂ ਦੀ ਸਰਕਾਰ ਆ ਕਿਹਾ ਜਾਂਦਾ ਪਰ ਦੁੱਖ ਦੀ ਗੱਲ ਆ ਕਿ ਬੋਲਿਆ ਝੂਠ ਜਾਂਦਾ ਜੋ ਸਰਕਾਰ ਕਹਿੰਦੀ ਆ ਉਦੋਂ ਉਲਟ ਹੁੰਦਾ 180 ਡਿਗਰੀ ਉਲਟ ਹੁੰਦਾ ਉਹ ਜੋ ਸਰਕਾਰ ਕਹਿੰਦੀ ਆ ਉਹ ਨਹੀਂ ਹੁੰਦਾ ਉਦੋਂ ਉਲਟ ਹੁੰਦਾ ਇਸ ਕਰਕੇ ਜੇ ਇਹ ਆ ਜੇ ਉਹਨਾਂ ਵਾਸਤੇ ਬਣਾਇਆ ਹੋਇਆ ਤਾਂ ਇਹਨਾਂ ਨੇ ਜਿਹੜੇ ਹੈਗੇ ਆ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਲੈ ਕੇ ਦੇਣੀਆਂ ਨੇ ਉਹਨਾਂ ਨੇ ਮੁੱਲ ਹੀ ਲੈਣੀਆਂ ਇਹਨਾਂ ਨੇ ਜਿਹੜਾ ਅਸੈਂਸ਼ੀਅਲ ਕਮੋਡਿਟੀ ਐਕਟ 'ਚ ਅਮੈਂਡਮੈਂਟ ਕੀਤੀ ਆ ਜਿਹਦੇ ਤੁਸੀਂ ਮੈਂ ਸਾਰੇ ਹੀ ਆ ਜਾਣੇ ਆ ਸ਼ਹਿਰਾਂ ਦੇ ਲੋਕ ਵੀ ਆ ਜਾਣੇ ਸਿਰਫ 200-400 ਘਰਾਣੇ ਛੱਡ ਕੇ ਬਾਕੀ ਸਾਰੇ ਆ ਜਾਣੇ ਆ ਉਹ ਕਿਹਦੇ ਲਈ ਬਣਾਇਆ ਵਪਾਰੀਆਂ ਦੇ ਪੱਖ 'ਚ ਬਣਾਇਆ ਕਾਰਪੋਰੇਟ ਘਰਾਣੇ ਦੇ ਪੱਖ 'ਚ ਬਣਾਇਆ ਆਮ ਲੋਕਾਂ ਦੇ ਵਿਰੋਧ 'ਚ ਬਣਾਇਆ ਇਸ ਕਰਕੇ ਚਿੱਠੀ 'ਚ ਕੋਈ ਨਵੀਂ ਗੱਲ ਹੈ ਕੋਈ ਨਵੀਂ ਗੱਲ ਨਹੀਂ ਸਾਰਾ ਕੁਛ ਉਹੀ ਆ ਉੱਦਾਂ ਹੀ ਆ ਇਹ ਹਾਰ ਮੰਨੀ ਬੈਠੀ ਆ ਸਰਕਾਰ ਕਿਉਂਕਿ ਜਿਹੜਾ ਜਾਬਤਾਬਾਦ ਘੋਲ ਆ ਸਰਕਾਰ ਹਾਰ ਮੰਨੀ ਬੈਠੀ ਹੈ ਪਰ ਉਹ ਹੁਣ ਇਹਨੂੰ ਜਿਹੜਾ ਹੈਗਾ ਮਜਬੂਰ ਹੋ ਜਿਹੜਾ ਇਕੱਠ ਆ ਉਹ ਕਰੂਗਾ ਕਿਉਂਕਿ ਇਹ ਲੋਕ ਲਹਿਰ ਬਣ ਗਈ ਹੈ ਠੀਕ ਹੈ ਤੁਸੀਂ ਇੰਨਾ ਤਾਂ ਜਥੇਬੰਦੀਆਂ ਨੇ ਸਰਕਾਰ ਨੂੰ ਮਜਬੂਰ ਕਰਤਾ ਕਿ ਉਹ ਤੁਹਾਨੂੰ ਹੱਕ ਦੇ ਰਿਹਾ ਕਿ ਤੁਸੀਂ ਤਰੀਕ ਤੈਅ ਕਰ ਲਓ ਤੁਸੀਂ ਸਮਾਂ ਤੈਅ ਕਰ ਲਓ ਇਹਦੇ ਲਈ ਉਹ ਤੁਸੀਂ ਮੰਨਦੇ ਹੋ ਕਿ ਵੱਡੀ ਜਥੇਬੰਦੀਆਂ ਦੇ ਲਈ ਜਿੱਤ ਹੈ ਅਤੇ ਇੱਕ ਗੱਲ ਇਹ ਸਰਕਾਰ ਕਹਿ ਰਹੀ ਹੈ ਕਿ ਜਥੇਬੰਦੀਆਂ ਨੂੰ ਯੈਸ ਨੋ ਤੋਂ ਅੱਗੇ ਵਧਣਾ ਚਾਹੀਦਾ ਨਹੀਂ ਯੈਸ ਨੋ ਦਾ ਮਤਲਬ ਇਹ ਨਹੀਂ ਜੋ ਪ੍ਰਚਾਰਿਆ ਜਾ ਰਿਹਾ ਅਸੀਂ ਕਹਿੰਦੇ ਇਹ ਤੋਂ ਬਿਨਾਂ ਗੁਜ਼ਾਰਾ ਕਿਵੇਂ ਹੋਏਗਾ ਇਹਨਾਂ ਨੂੰ ਰੱਦ ਕਰੇ ਬਿਨਾਂ ਗੁਜ਼ਾਰਾ ਕਿਵੇਂ ਹੋਏਗਾ ਇਹ ਦੱਸ ਦੇਣ ਸਾਨੂੰ ਸਰਕਾਰ ਜੇ ਤੁਸੀਂ ਵਿਚਾਰ ਕਰ ਰਹੇ ਹੋ ਜੋ ਚਿੱਠੀ ਆਈ ਹੈ ਜੇ ਗੱਲਬਾਤ ਲਈ ਤੁਸੀਂ ਵਿਚਾਰ ਕਰ ਰਹੇ ਹੋ ਤਾਂ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਫਿਰ ਵਿਚਾਰ ਕਿਹੜੀ ਚੀਜ਼ 'ਤੇ ਹੋਏਗਾ ਜਦੋਂ ਤੁਸੀਂ ਕਲੀਅਰ ਹੋ ਜਥੇਬੰਦੀ ਪ੍ਰਿੰਸੀਪਲੀ ਗੱਲਬਾਤ ਹਰ ਮਾਹੌਲ 'ਚ ਚੱਲਦੀ ਰਹਿੰਦੀ ਹੈ ਅਸੂਲੀ ਤੌਰ 'ਤੇ ਗੱਲਬਾਤ ਤਾਂ ਚੱਲਦੀ ਰਹਿੰਦੀ ਹੈ ਇਹ ਕੋਈ ਡੈਡ ਲਾਕ ਨਹੀਂ ਇਹ ਸਰਕਾਰ ਦਾ ਹੀ ਬਣਾਇਆ ਹੋਇਆ ਡੈਡ ਲਾਕ ਆ
ਇਹ ਕੋਈ ਡੈਡਲੌਕ ਨਹੀਂ ਹੈਗਾ। ਸਰਕਾਰ ਕਹਿੰਦੀ ਜਥੇਬੰਦੀਆਂ ਦਾ ਡੈਡਲੌਕ ਹੈ ਉਹ ਯੈਸ ਨੋ ਤੋਂ ਅੱਗੇ ਵਧਦੀ ਹੈ। ਝੂਠ ਬੋਲਦੀ ਆ। ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜੀ ਹੈਗੀ ਆ ਗੱਲ ਅਸਲ 'ਚ ਕੀ ਆ ਵੀ ਇਦੂ ਬਿਨਾਂ ਗੁਜ਼ਾਰਾ ਨਹੀਂ ਅਸੀਂ ਬਚ ਨਹੀਂ ਸਕਦੇ, ਸਾਡਾ ਦੇਸ਼ ਬਚ ਨਹੀਂ ਸਕਦਾ, ਇਸ ਗੱਲ ਦੀ ਖੁੱਲ ਨਹੀਂ ਦਿੱਤੀ ਜਾ ਸਕਦੀ। ਤੁਹਾਨੂੰ ਲੱਗਦਾ ਕਿ ਜਥੇਬੰਦੀਆਂ ਮੀਟਿੰਗ ਦੇ ਵਿੱਚ ਇਸ ਮਜਬੂਰੀ ਦੇ ਨਾਲ ਵੀ ਜਾ ਰਹੀਆਂ ਨੇ ਕਿ ਸਰਕਾਰ ਕਿਤੇ ਇਹ ਪ੍ਰੋਪੇਗੰਡਾ ਤੈਅ ਨਾ ਕਰ ਦੇਵੇ ਕਿ ਦੇਖੋ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਇਹ ਜ਼ਿੱਦ 'ਤੇ ਅੜ ਗਏ ਨੇ, ਪਰ ਤੁਹਾਡੀ ਜਿਹੜੀ ਸਥਿਤੀ ਆ ਉਹ ਤਾਂ ਕਲੀਅਰ ਹੈ ਨਾ ਕਿ ਤੁਸੀਂ ਰੱਦ ਹੀ ਕਰਵਾਉਣਾ ਚਾਹੁੰਦੇ ਹੋ। ਅਸਲ 'ਚ ਜੇਦਾ ਜਿਹੜਾ ਸ਼ਬਦ ਹੈ ਇਹ ਵੀ ਗਲਤ ਵਰਤੋਂ ਕੀਤੀ ਜਾ ਰਹੀ ਹੈ। ਸਰਕਾਰ ਦੀ ਜੇਦਾ ਸਾਡੀ ਨਹੀਂ ਹੈ, ਅਸੀਂ ਤਾਂ ਆਪਦੀ ਗੱਲ ਬਾਅਦ ਲਈ ਪੇਸ਼ ਕਰਦੇ ਹਾਂ। ਅਸੀਂ ਤਾਂ ਅਸੀਂ ਕਦੇ ਕਿਸੇ ਨਾਲ ਵੀ ਕੋਈ ਵੀ ਗੱਲ ਕਰ ਲਈ ਸਾਡੇ ਨਾਲ ਆ ਕੇ, ਅਸੀਂ ਕਹਿੰਦੇ ਇੱਥੇ ਆ ਜਾਵੇ, ਅਸੀਂ ਜ਼ਿੰਮੇਵਾਰ ਹੋ ਗਿਆ ਕੋਈ ਜੇ ਬੋਲ ਜੇ, ਅਸੀਂ ਕਹਿੰਦੇ ਇਹਨਾਂ ਲੋਕਾਂ ਨੂੰ ਸਹਿਮਤ ਕਰ ਲਵੇ। ਅਸੀਂ ਇਹ ਕਹਿੰਦੇ ਹੈਗੇ ਹਾਂ ਕੋਈ ਗੱਲ ਆਪਦੀ ਬਾਅਦ ਲਈ ਸਿੱਧ ਕਰ ਦੇਵੇ। ਤੁਸੀਂ ਉਹੀ ਤੋਮਰ ਬੋਲਦਾ, ਉਹੀ ਅਮਿਤ ਸ਼ਾਹ ਬੋਲਦਾ, ਉਹੀ ਮੋਦੀ ਬੋਲਦਾ, ਇਹਨਾਂ 'ਚ ਤੁਸੀਂ ਫਰਕ ਕਰਕੇ ਦਿਖਾ ਦਿਓ ਜਿਹੜਾ ਕੁਛ ਇਹ ਬੋਲਦੇ ਆ, ਕੋਈ ਫਰਕ ਨਹੀਂ ਹੈ, ਇੱਕੋ ਹੀ ਗੱਲ ਕਹਿੰਦੇ ਆ। ਅੱਛਾ, ਸਰਕਾਰ ਨੇ ਇੱਕ ਹੋਰ ਨਵੀਂ ਇੰਟਰਨੈਟ 'ਤੇ ਚੀਜ਼ ਸ਼ੁਰੂ ਕੀਤੀ ਹੈ, ਇੱਕ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕੀਤਾ ਉਹਨਾਂ ਨੇ। ਉਹ ਕਹਿੰਦੇ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਤੁਸੀਂ ਆਪਣੀ ਜਾਣਕਾਰੀ ਦੱਸੋ, 20 ਸਵਾਲ ਉਹਨਾਂ ਨੇ ਰੱਖੇ ਹੈ ਅਤੇ ਨਾਲ ਦੀ ਨਾਲ ਇੱਕ ਇਨਾਮ ਰੱਖਤਾ 2 ਲੱਖ ਰੁਪਏ ਦਾ, ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਵੀ ਜਿਹੜੀ ਸੋਸ਼ਲ ਮੀਡੀਆ 'ਤੇ ਜਿਹੜਾ ਪ੍ਰਚਾਰ ਕਰਦੀ ਹੈ ਸਰਕਾਰ? ਇਹ ਵੀ ਇੱਕ ਸਰਕਾਰ ਦਾ ਹੱਥ ਕੰਡਾ ਆ, ਕਿਉਂਕਿ ਇਹਨਾਂ ਕੋਲ ਆਪਦੇ ਜਿਹੜੇ ਬੰਦੇ ਆ ਉਹ ਤੋਂ ਜੋ ਮਰਜ਼ੀ ਕਰਾਈ ਜਾਣ। ਸਿਵਲ ਡਰੈਸ 'ਚ ਪੁਲਿਸਾਂ ਦੀ ਵਰਤੋਂ ਕਰਦੀ ਰਹੀ ਆ ਪਿਛਲੇ ਸਮੇਂ 'ਚ, ਹਰ ਰੰਗ ਦੇ ਹਾਕਮ ਮੁਲਾਜ਼ਮਾਂ ਦੀ ਵਰਤੋਂ ਕਰਦੇ ਰਹੇ ਆ, ਇਸ ਕਰਕੇ ਇਹ ਕੋਈ ਔਖਾ ਕੰਮ ਨਹੀਂ ਉਹਨਾਂ ਲਈ, ਇਹ ਝੂਠਾ ਹੈ। ਇਹ ਤਾਂ ਪਹਿਲੀ ਗੱਲ, ਜਿਹੜੇ ਸਰਵੇ ਆ ਇਹ ਸਹੀ ਹੁੰਦੇ ਨਹੀਂ ਹੈ। ਤੁਸੀਂ ਆਪਦੀ ਮਰਜ਼ੀ ਦੇ ਬੰਦਿਆਂ ਦਾ ਸਵਾਲ ਪੁੱਛ ਲਓਗੇ, ਉਹ ਜਵਾਬ ਦੇ ਦੇਣਗੇ, ਇਹ ਕੋਈ ਤਰੀਕਾ ਨਹੀਂ ਹੈ। ਅਸੀਂ ਅੱਛਾ, ਮੈਂ ਤੁਹਾਡੀ ਜਥੇਬੰਦੀ ਦੇ ਹਿਸਾਬ ਨਾਲ ਪੁੱਛਾਂ, ਬਾਕੀ ਜਥੇਬੰਦੀ ਚਲੋ ਤੁਸੀਂ ਚਰਚਾ ਕਰਨੀ ਹੁੰਦੀ ਹੈ, ਕਿਰਤੀ ਕਿਸਾਨ ਯੂਨੀਅਨ ਜੇ ਉਹਨਾਂ ਨੂੰ ਮੈਂ ਮੰਨ ਕੇ ਚੱਲਾਂ, ਉਹ ਇਸ ਚਿੱਠੀ 'ਤੇ ਵਿਚਾਰ ਕਰ ਰਹੇ ਹੈ, ਤੁਸੀਂ ਵਿਚਾਰ ਕੀਤੀ ਹੋਏਗੀ, ਚਿੱਠੀ ਤੁਸੀਂ ਪੜ੍ਹੀ ਹੈ, ਤਾਂ ਤੁਹਾਡਾ ਮਨ ਕੀ ਕਹਿੰਦਾ ਹੈ ਕਿ ਗੱਲਬਾਤ ਲਈ ਅੱਗੇ ਜਾਣਾ ਚਾਹੀਦਾ ਜਾਂ ਲੱਗਦਾ ਹੈ ਕਿ ਇਹ ਕੋਈ ਮਤਲਬ ਨਹੀਂ ਬਣਦਾ ਇਸ ਗੱਲ ਦਾ? ਸਵਾਲ ਠੀਕ ਨਹੀਂ ਹੈ, ਕਿਉਂਕਿ ਅਸੀਂ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਾਇਆ ਹੋਇਆ, ਸੰਯੁਕਤ ਕਿਸਾਨ ਮੋਰਚਾ। ਨਹੀਂ, ਤੁਹਾਡੀ ਇੱਕ ਵੱਖਰੀ ਰਾਏ ਤਾਂ ਹੋ ਸਕਦੀ ਹੈ ਨਾ, ਸਾਂਝੀ ਰਾਏ ਇੱਕ ਵੱਖਰੀ ਗੱਲ ਰੱਖਾਂਗੇ, ਮੀਟਿੰਗ 'ਚ ਰੱਖਾਂਗੇ, ਇੱਥੇ ਨਹੀਂ ਰੱਖਾਂਗੇ, ਉਹ ਮੀਟਿੰਗ 'ਚ ਰੱਖਾਂਗੇ, ਜਿਹੜੀ ਵੀ ਸਾਡੀ ਰਾਏ ਹੋਊਗੀ ਮੀਟਿੰਗ 'ਚ ਰੱਖਾਂਗੇ। ਪਰ ਇੱਕ ਗੱਲ ਪੱਕੀ ਆ ਵੀ ਜਿਹੜੇ ਆ ਬੱਚੇ ਤੋਂ ਬਜ਼ੁਰਗਾਂ ਤੱਕ ਆਏ ਹੋਏ ਆ, ਇਹ ਸਾਰੇ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਬਿਜਲੀ ਬਿੱਲ ਵਾਪਸ ਕਰਾਉਣ ਲਈ ਆਏ ਹੋਏ ਆ। ਠੀਕ ਹੈ, ਹੁਣ ਕੱਲ੍ਹ ਨੂੰ 7 ਜਥੇਬੰਦੀ ਜਿਹੜੇ ਲੀਡਰ ਬਣਾਏ ਹੋਏ ਨੇ ਜਥੇਬੰਦੀਆਂ ਨੇ, ਉਹ ਗੱਲਬਾਤ ਕਰਨਗੇ, ਚਰਚਾ ਕਰਨਗੇ? ਨਹੀਂ, ਗੱਲਬਾਤ ਨਹੀਂ, ਸਾਰੀਆਂ ਜਥੇਬੰਦੀਆਂ, ਜਿਹੜਾ ਇੱਕ ਸਾਂਝਾ ਸੰਯੁਕਤ ਕਿਸਾਨ ਮੋਰਚਾ ਬਣਿਆ ਉਹਨਾਂ ਦੀ ਮੀਟਿੰਗ ਆ ਕੱਲ੍ਹ ਨੂੰ 2 ਵਜੇ, ਉਹਦੇ 'ਚ ਅਸੀਂ ਚਰਚਾ ਕਰਾਂਗੇ ਸਾਰੇ, ਜਿਹੜੀ ਸਾਰੀ ਆਪਣੀ ਰਾਏ ਦੇਵਾਂਗੇ। ਅਤੇ ਇਸ ਕਰਕੇ ਸਾਡੀ ਨਿੱਜੀ ਰਾਏ, ਜਦੋਂ ਅਸੀਂ ਇਸ ਮੋਰਚੇ ਦਾ ਅੰਗ ਬਣ ਗਏ ਤਾਂ ਸਾਡੀ ਕੋਈ ਨਿੱਜੀ ਰਾਏ ਨਹੀਂ ਰਹੀ, ਸਾਂਝੀ ਸਾਂਝੀ ਰਾਏ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਸਾਡਾ ਡਾਕਟਰ ਸਤਨਾਮ ਸਿੰਘ ਜੀ ਵੀ ਨੇ। ਸਰ, ਤੁਸੀਂ ਦੱਸੋ ਜੀ, ਚਿੱਠੀ ਨੂੰ ਤੁਸੀਂ ਚਿੱਠੀ ਨੂੰ ਸਮਝਦੇ ਕਿਵੇਂ ਹੋ? ਸਰਕਾਰ ਜਥੇਬੰਦੀਆਂ 'ਤੇ ਛੱਡ ਰਹੀ ਹੈ ਕਿ ਤੁਸੀਂ ਤਰੀਕ ਤੈਅ ਕਰ ਲਓ, ਸਮਾਂ ਤੈਅ ਕਰ ਲਓ, ਗੱਲਬਾਤ ਲਈ ਆ ਜਾਓ? ਦੇਖੋ, ਇਹ ਚਿੱਠੀ ਜਿਹੜੀ ਆ ਨਾ, ਬੜੀ ਨਵੀਂ ਕਿਸਮ ਦੀ ਚਿੱਠੀ ਆ। ਪਹਿਲਾਂ ਇਸ ਤਰ੍ਹਾਂ ਦੀ ਚਿੱਠੀ ਮੇਰਾ ਨਹੀਂ ਖਿਆਲ ਸਰਕਾਰ ਨੇ ਕਦੀ ਜਾਰੀ ਕੀਤੀ ਹੋਵੇ। ਇਹ ਚਿੱਠੀ ਦੇ ਵਿੱਚ ਸਾਨੂੰ ਕਿਹਾ ਗਿਆ ਵਾ ਵੀ ਤੁਸੀਂ ਸਾਨੂੰ ਆਪਣਾ ਮਿਲਣ ਦਾ ਟਾਈਮ ਦੱਸੋ, ਤਰੀਕ ਦੱਸੋ। ਇਹ ਬੜੀ ਵੱਡੀ ਗੱਲ, ਛੋਟੀ ਗੱਲ ਨਹੀਂ ਗੀ, ਇਹ ਪ੍ਰੈਸ਼ਰ ਹੀ ਲੋਕਾਂ ਦਾ ਪਿਆ। ਪਰ ਜਿਹੜੀਆਂ ਉਹਨਾਂ ਉਹਦੇ ਵਿੱਚ ਗੱਲਾਂ ਬਾਤਾਂ ਲਿਖੀਆਂ ਨੇ, ਉਹ 5 ਤਰੀਕ ਜਦੋਂ ਸਾਡਾ ਜਿਹੜਾ ਡਾਇਲੋਗ ਹੋਇਆ ਸੀ ਨਾ ਐਗਰੀਕਲਚਰ ਮਿਨਿਸਟਰ ਤੋਮਰ ਕੇ ਸਾਥ, ਉਹ ਹੀ ਆ। ਇਹ ਪੁਰਾਣੀ ਜਿਹੜੀ ਜਿਸ ਤਰ੍ਹਾਂ ਸ਼ਰਾਬ ਹੁੰਦੀ ਨਵੀਂ ਬੋਤਲ 'ਚ ਪਾਈ ਆ, ਸੋ ਅਸੀਂ ਇਹ ਸਾਰਾ ਕੁਝ ਅੱਜ ਵੀ ਵਿਚਾਰਿਆ। ਅਸੀਂ 5 ਮੈਂਬਰੀ ਕਮੇਟੀ ਵੀ ਬਣਾਈ, ਸਾਡੇ ਸਾਥੀਆਂ ਨੇ ਦੱਸਿਆ, ਉਹ ਇਹਦਾ ਉਹਦਾ ਪ੍ਰਿੰਟ ਕਰੇਗੀ, ਕੱਲ੍ਹ ਨੂੰ ਸੁਬਾਹ ਸਾਡੇ ਕੋਲ ਆ ਜਾਏਗਾ, ਉਹਦੇ 'ਤੇ ਅਸੀਂ ਚਰਚਾ ਕਰਕੇ 2 ਵਜੇ ਸਾਡੀ ਸਾਰੀਆਂ ਜਿਹੜੀਆਂ 471 ਔਰਗਨਾਈਜੇਸ਼ਨ ਆ ਉਹਨਾਂ ਨੂੰ ਰੀਪ੍ਰਜੈਂਟ 39 ਪੀਪਲ ਕਰਦੇ ਆ, ਉਹ ਜੇ ਫੈਸਲਾ ਲੈਣਗੇ ਤਾਂ ਉਹ ਜਾਏਗੇ ਇਹਦੇ ਡਾਇਲੋਗ ਕੇ ਲਈ। ਵੈਸੇ ਡਾਇਲੋਗ ਕਰਨਾ ਦਾ ਜਿਹੜਾ ਬਹੁਤ ਲੋਕਾਂ ਦਾ ਹੈਗਾ ਵੀ ਹੋਣਾ ਚਾਹੀਦਾ, ਪਰ ਕਿਸੇ ਬੇਸ 'ਤੇ ਹੋਵੇ ਨਾ। ਅਸੀਂ ਆਨੇ ਵੀ ਬੇਸ ਇਹ ਰੱਖੋ, ਤੁਸੀਂ ਪਹਿਲਾਂ ਏਜੰਡਾ ਹੀ ਇਹ ਬਣਾਓ ਵੀ ਇਹ ਕਾਨੂੰਨਾਂ ਨੂੰ ਪਹਿਲਾਂ ਸਮਝ ਲਓ ਵੀ ਗਲਤ ਆ। ਅਸੀਂ ਤੁਸੀਂ ਕਹਿੰਦੇ ਜੇ ਵੀ ਇਹਦੀਆਂ ਸੋਧਾ ਕਰੋ, ਅਸੀਂ ਕਹਿੰਦੇ ਹਾਂ ਰੱਦ ਕਰੋ। ਤੁਸੀਂ ਟੇਬਲ 'ਤੇ ਬੈਠੋ, ਸਾਨੂੰ ਦੱਸੋ, ਅਸੀਂ ਰੱਦ ਕਰਨ ਦਾ ਦੱਸਾਂਗੇ ਵੀ ਅਨਕੰਸਟੀਟਿਊਸ਼ਨਲ, ਇਹ ਵੈਸੇ ਤੁਹਾਡੇ ਪ੍ਰਯੋਗ 'ਚ ਨਹੀਂ ਆਉਂਦਾ। ਪਰ ਉੱਥੇ ਤਾਂ ਸਰਕਾਰ ਅੜੀ ਹੋਈ ਨਾ, ਉਹ ਕਹਿੰਦੇ ਅਸੀਂ ਸੋਧਾਂ ਤੁਸੀਂ ਭਲੇ ਅੱਖਰ ਅੱਖਰ ਦੀ ਸੋਧ ਕਰਵਾ ਲਓ ਪਰ ਅਸੀਂ ਰੱਦ ਨਹੀਂ ਕਰਨ ਵਾਲੇ। ਨਹੀਂ ਜੀ, ਨਹੀਂ, ਇਹ ਐਵੇਂ ਉਹਨਾਂ ਦੀ ਅੜੀ ਆ, ਇਹ ਕਈ ਕਿਸਮ ਦੀਆਂ ਗੱਲਾਂ ਕਰਦੇ ਆ। ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਆਦੇਸ਼ ਦਿੱਤਾ ਵਾ ਵੀ ਤੁਸੀਂ ਇਹਨੂੰ ਪਾਸੇ ਕਰਕੇ, ਇਹਨਾਂ ਨੂੰ ਫਰੀਜ ਕਰਕੇ, ਇਹਨਾਂ ਨੂੰ ਕਰਕੇ ਇਹਨਾਂ ਨਾਲ ਗੱਲਬਾਤ ਕਰੋ। ਇਹ ਵੈਸੇ ਇਹਨਾਂ ਨੇ ਉਹ ਨਾ ਪ੍ਰੈਸਟੇਜ ਬਣਾਇਆ, ਪ੍ਰੈਸਟੇਜ ਤਾਂ ਬਣਾਇਆ, ਇਹਨਾਂ ਨੂੰ ਮੂੰਹ ਪੈ ਗਿਆ ਨੋਟਬੰਦੀ ਦਾ, ਜਿਸ ਤਰ੍ਹਾਂ ਲਹੂ ਲੱਗ ਜਾਂਦਾ ਨਾ ਕਿਸੇ ਨੂੰ ਕਿਹਾ ਜਾਂਦਾ, ਨੋਟਬੰਦੀ ਦਾ, ਫਿਰ GST ਦਾ, ਫਿਰ ਇਹਨਾਂ ਨੇ ਜਿਹੜਾ
जम्मू कश्मीर दे विच जितना लोगों का कांड किया उन्होंने 370 धारा तोड़ी आ 35 ए डिलीट की आते तो बाद अगे वध्या करोना की आड़ लैके किसानों के उत्ते हमला करता असी करोना किसान समझते कुछ नहीं वेखो ताडे सामने करोना दे विच असी दो फसलों की वाढ़ी की तीजी तो करन जाना है करोना सी कोई मास्क नहीं पहनता कोई ऐसा काम नहीं करता सो इस करके उन्होंने वेख्या भी हुण किसान जिहड़े शायद गोडे लगे उन्होंने पर नहीं असी पब्बा पा रहे ये रद्द करा के ही हटांगे ये रद्द उन्होंने करने ही पैने ये जिहड़ियां जजीरा उन्होंने लाइया ने ना दंदा ना खोलनिया पैनियां सो इस करके साड़ी इन्हां नूं रिपील करन तों घट कोई डिमांड नहीं तुहानूं लगता है सर भी जे तुहाडी स्थिति स्पष्ट है इस गल नूं लैके मैं बाकी लीडर नूं भी सवाल किया कि तुहाडी पूरी तरह नाल स्थिति क्लीयर है कि असीं रद्द ही करवाउणे ने जां तुसीं इस चीज़ नूं लैके क्लीयर हो खेती कानून तुसीं चाहुंदे नहीं कोई अमेंडमेंट नहीं तुसीं चाहुंदे तुसीं पूरी तरह दे नाल रद्द चाहुंदे हो तां फिर गलबात दी टेबल दे उत्ते जाके तुहानूं लगदा है कि वह एक किस तरीके उहदा आधार की रहा फिर क्योंकि गलबात दा मतलब तां इह हुंदा ना कि दोवें धिरां किसे ना किसे पद्धर ते किसे समझौते ते आके ठहर सकदियां ने पर तुहाडी तां स्थिति क्लीयर इह इलैक्ट्रिक बेस बणदा उहदे विच असीं अपना भेज रहे हैं अपना व्यू पॉइंट कि असीं रद्द क्यों चाहुंदे हां असीं इहदे 6-7 पॉइंट अज बणाए आ उह भेजांगे ते नाल ही कहांगे भी आ जे तुसीं पॉइंटां दे उत्ते गलबात करनी चाहुंदे हो ते फिर असीं तुहानूं डेट एंड टाइम दे देवांगे ये कल असीं फैसला करांगे उहदे वल्लों कुछ होर नवें पॉइंट दे रहे हो सरकार नूं कि इन्हां पॉइंटां ते साडा विचार कर लो नहीं नहीं पॉइंट ते अगे भी आए आ पर हुण असीं सिस्टमटाइज करते उहनां नूं कलम बंद कर दिता 6-7 पॉइंट आ जिहड़े बड़े लीगल भी आ कंस्टीट्यूशनल या मोर ओवर जे इन द फेवर ऑफ द लोगों के भी हक जा किसानों के हक जो देवे दे रहे एक तुम क्या कि इंग्लैंड के जो पीएम ने उन्होंने सदा दिता गया है 26 जनवरी के लिए जो वेखो ना भी सारी दुनिया के जिथे जिथे भारती बसते आ उन्होंने लोगों के उतों के लोगों के नाल जितना अज अमेरिका के डेमोन्स्ट्रेशन होए आ इंग्लैंड डेमोन्स्ट्रेशन होए आ असी उन्होंने सदा भी दिता अपील की भी 26-27 में तुम अपनी एंबैसी अपने कौंसलर के सामने प्रदर्शन करके इन्हों के उत्ते प्रैशर डालो भी गलत आ ये कोई कानून साढ़े देश के विरुद्ध तो है बाकी देशों के विरुद्ध आ हूँ इस वे MSP की मंग जी यूरोप च उठ खलोती है कि जा रही सूँ कोई कोई ना मिनीम जरा सपोर्ट प्राइस चाहिए ये तो एवें डबल चुट्टी वह बना के ना गैट का बना के साढ़े तो खोया वा बिहार वाले उठ खलोते वह भी कहें MSP सानू मिलना चाहिए सो MSP की मंग दुनिया की मंग बन गई ये जिहड़े सी ना नवे आर्थिक लगता कि हुण तुहाडी लड़ाई जिहड़ी है ये हुण MSP जिहड़ी पंजाब ते हरियाणा दे विच साडे किसान जिहड़े जिन्हां नूं मिलदी सी हुण पूरे देश दे किसान की मंग बन के उभरेगी एक बार शरद पवार ने बयान दिता सी मैं उहदे नाल एग्री करदा भी 80% लोगों नू इस तो पहला MSP का पता ही नहीं भी होंगी की आ ये सिर्फ पंजाब हरियाणे दे जां यूपी दे कुछ लोगों नू पता सी वो भी पछमी यूपी दे विच हुण इह सारिआं नू पता लग गया ज्यों ज्यों मैं तां ना अंदोलन साडा चले तगड़ा हो गया असीं सारा MSP दे सारी दुनिया नू दसीए भी MSP होंगी की आ पबलिक डिस्ट्रीब्यूशन की हुंदा वा पबलिक सैक्टर की हुंदा वा प्राइवेटाइजेशन ते की नुकसान वा ठेका नीति ते की नुकसान वा इहदे विच असीं कामयाब हो रहे डॉक्टर सतनाम सिंह जी इन्हों का कहना है कि स्थिति उन्होंने कानूनों में लैके पूरी तरह स्पष्ट है बस सरकार को समझाने के लिए वो हाले भी तैयार ने जेकर सरकार जिद करती है कि उसके कानून चंगे ने तो होर भी पॉइंट दर पॉइंट जोड़ा है वो सरकार को समझा देंगे कि इस कुछ कमियां ने जस पंजाबी दे तुहाडा स्वागत है जी मैं हाँ कुलविंदर सिंह ते किसान अंदोलन दे लगातार अपडेट असीं तुहानूं दे रहे हां ते इस विचाले किसान जथेबंदियां दी अहम मीटिंग होई है जी दरअसल केंद्र सरकार दे वल्लों एक चिट्ठी जिहड़ी है भेजी गई है मुड़ तों गलबात दा जिस दे जरिए कहा जा रहा दावा किया जा रहा कि किस तरह दा सद्दा भेजा गया है जथेबंदियां ने उसनूं लैके भी विचार किया है ते कई नवीं रणनीतियां तैयार कीतियां गईआं ने साडे नाल प्रेम सिंह पंगू जी ने उहनां नाल गलबात करदे हां सर सब तों पहलां दस्सो कि जिहड़ी चिट्ठी आई है जी उहनूं लैके की विचार होई है मीटिंग दे विच देखो चिट्ठी नूं पहला साढ़े वट्सएप से सारी जी ऑर्गेनाइजेशन ने इकला पंजाब नहीं वो 39 ऑर्गेनाइजेशन ने जो सारी इंडिया की ऑर्गेनाइजेशन वो सारे पाई है उन्होंने इसलिए सब ने उन्होंने पढ़िया उसू पढ़न तो बाद असा देखा भी ये चिट्ठी एक वेग लैटर है यदा कोई मेहनत का कोई बहुता है नहीं आप जिस तरह कोई स्कूलों के बच्चों कोई पिछली हिस्ट्री लिख के भेज दे इस तरह चिट्ठी है जिद सारिया जिन्या पांच गेट मीटिंग्स हुई ने उन्होंने उन्होंने विस्तार सन देता भी पहली मीटिंग ये गल हुई अगली चे गल हुई ये विस्तार देने तो बाद एक गल जरूर लिखती भी ये 4-5 जड़े बिंदु कहें पॉइंट्स हैं
इन्हों पर डिस्कशन हुई सरकार इन्हों पर यह करना चाहती है, यह करना चाहते हैं असं तो भी हूँ जो किसानों डिपेंड करता है अगे भी वो गलबात कोई टाइम देन कदों बैठना है कदों आना है ये भी उन्होंने डिपेंड करता है। एक किस्म का उन्होंने साडे पर पाने की कोशिश की है इसे दो पक्ष ने इसे दो पक्ष ने देखो एक पक्ष तो यह भी है भी सरकार अंडर प्रैशर है पहला तो असं टाइम लेंदे सू टाइम देने तैयार नहीं हूँ सातों टाइम लेना चाहती है इसको दूजे तरह भी जो समझा जाए पर जे आप सल्यूशन की गल करिए जो सल्यूशन करना है तो साढ़े टाइम एंड प्लेस तो नहीं होना है क्योंकि असं नहीं डिटरमिन कर सकते सरकार ने इसका एजेंडा तैयार करना है सरकार ने कोई कंक्रीट प्रपोजल बनानी है ये तो है नहीं अगली क्योंकि पहला तो यह गल साफ हो चुकी थी भी असं सोधा नहीं चाहते अमेंडमेंट्स तो चाहते नहीं असं अस तो चाहते टोटल रिजैक्शन जी इन की है वह रिजैक्शन भी इस करके किन्ने बारी अपनी गलबात हो चुकी भी अभी चाहते गैर संविधानक है ਤੁਸੀਂ ਸੂਬਿਆਂ ਦੇ ਅਧਿਕਾਰਾਂ ਦੇ ਛਾਪਾ ਨਾ ਮਾਰੋ ਸਰ ਉਹੀ ਤਾਂ ਸਵਾਲ ਬਣਿਆ ਹੋਇਆ ਕਿ ਤੁਸੀਂ ਜਦੋਂ ਉਹਦੇ ਤੇ ਤੁਸੀਂ ਯੈਸ ਨੋ ਤੇ ਤੁਸੀਂ ਡਟੇ ਹੋਏ ਹੋ ਤੁਸੀਂ ਕਹਿੰਦੇ ਰੱਦ ਹੋਣੇ ਚਾਹੀਦੇ ਨੇ ਡੈਡਲੌਕ ਤਾਂ ਇਸੇ ਗੱਲ ਨੂੰ ਲੈ ਕੇ ਬਣਿਆ ਹੋਇਆ ਗੱਲਬਾਤ ਤਾਂ ਹੀ ਤਾਂ ਅੱਗੇ ਨਹੀਂ ਤੁਰ ਰਹੀ ਫਿਰ ਤੁਹਾਨੂੰ ਲੱਗਦਾ ਹੈ ਕਿ ਮੀਟਿੰਗ 'ਚ ਜਾਣ ਦਾ ਜਾਂ ਮੀਟਿੰਗ ਰੱਖਣ ਦਾ ਕੋਈ ਵਜ੍ਹਾ ਬਣਦੀ ਹੈ ਕੋਈ ਦੇਖੋ ਇਹ ਸਰਕਾਰ ਨੇ ਸੋਚਣਾ ਹੈ ਨਾ ਫਿਰ ਜਦੋਂ ਉਹਨਾਂ ਨੂੰ ਪਤਾ ਵੀ ਸੋਧਾਂ ਦਾ ਕਿਸਾਨ ਮੰਨਦੇ ਨਹੀਂ ਇਸ ਲਈ ਹੁਣ ਡੈਡਲੌਕ ਹੈ ਵੀ ਤੁਸੀਂ ਕਾਨੂੰਨ ਰੱਦ ਕਰਨੇ ਰਿਪੀਲ ਕਰਨੇ ਇਸ ਤੇ ਹੈ ਜੇ ਉਹ ਸਾਨੂੰ ਗੱਲਬਾਤ ਦਾ ਸੱਦਾ ਦੇਣਗੇ ਤਾਂ ਉਹ ਆਪਣਾ ਜਿਹੜਾ ਹੋਮਵਰਕ ਇਸ ਦੇ ਉੱਪਰ ਕਰਨਗੇ ਆਪਣੇ ਕਨਸਟੀਟਿਊਸ਼ਨਲ ਐਕਸਪਰਟ ਨੂੰ ਪੁੱਛਣਗੇ ਹਾਇਰ ਅਥਾਰਟੀਜ਼ ਨੂੰ ਪੁੱਛਣਗੇ ਜਿਵੇਂ ਪਹਿਲਾਂ ਕਹਿੰਦੇ ਸੀ ਕਿਉਂਕਿ ਇੰਨੀ ਗੱਲ ਤਾਂ ਉਹ ਪ੍ਰਵਾਨ ਕਰ ਚੁੱਕੇ ਸੀ ਨਾ ਸਾਡੀਆਂ ਮੀਟਿੰਗਸ ਦੇ ਵਿੱਚ ਵੀ ਹਾਂ ਜਿਹੜਾ ਕਨਸਟੀਟਿਊਸ਼ਨਲ ਪੁਆਇੰਟ ਹੈ ਲੀਗਲ ਪੁਆਇੰਟ ਹੈ ਇਹ ਤੁਹਾਡਾ ਬਿਲਕੁਲ ਠੀਕ ਹੈ ਵਿਚਾਰ ਅਧੀਨ ਹੈ ਵਿਚਾਰ ਅਧੀਨ ਹੈ ਜੇ ਵਿਚਾਰ ਅਧੀਨ ਹੈ ਤਾਂ ਲਾਜ਼ਮੀ ਉਸ ਉੱਪਰ ਗੱਲ ਹੋਣੀ ਚਾਹੀਦੀ ਹੈ ਹੁਣ ਅਸੀਂ ਤਾਂ ਕਹਿੰਦੇ ਵੀ ਇਹ ਹੁਣ ਪੰਡੋਰਾ ਬਾਕਸ ਨਾ ਖੋਲੋ ਹੁਣ ਤੁਹਾਡੀ ਚਾਰ ਪੰਜ ਸੋਧਾਂ ਮੰਨ ਜੀਏ ਸੋਧਾਂ ਦੇ ਵਿੱਚ ਪੈਰਲ ਸਿਸਟਮ ਦਾ ਬਿਲਡ ਕਰ ਲਿਆ ਨਾ ਅਸੀਂ ਸਿਸਟਮ ਨਹੀਂ ਹੁਣ ਦੇਣਾ ਚਾਹੁੰਦੇ ਸਰਕਾਰੀ ਮੰਡੀਆਂ ਦੇ ਮਗਲੇ ਪ੍ਰਾਈਵੇਟ ਮੰਡੀਆਂ ਤੋਂ ਥੋੜ੍ਹੇ ਜਿਹੇ ਰੈਗੂਲੇਸ਼ਨ ਕਰ ਦਿਓ ਟੈਕਸ ਲਾ ਦਿਓ ਪਰ ਪ੍ਰਾਈਵੇਟ ਮੰਡੀ ਦਾ ਬਿਲਡ ਹੋ ਗਈ ਨਾ ਇੱਕ ਸਿਸਟਮ ਦਾ ਬਿਲਡ ਹੋ ਗਿਆ ਉਹ ਨਹੀਂ ਅਸੀਂ ਚਾਹੁੰਦੇ ਹੈ ਕੰਟਰੈਕਟ ਫਾਰਮਿੰਗ ਦਾ ਸਿਸਟਮ ਬਿਲਡ ਹੋ ਜਾਊਗਾ ਅੱਜ ਮਾੜੀ ਮੋਟੀ ਉਸ 'ਤੇ ਬੰਦਿਸ਼ਾਂ ਲਾ ਦੇਣਗੇ ਜੇ ਸਿਸਟਮ ਬਣ ਗਿਆ ਕੱਲ੍ਹ ਨੂੰ ਹਟਾ ਦੇਣਗੇ ਕੌਣ ਰੋਕੂਗਾ ਉਹਨਾਂ ਨੂੰ ਇਸ ਲਈ ਅਸੀਂ ਚਾਹੁੰਦੇ ਹਾਂ ਵੀ ਇਸ ਨੂੰ ਪ੍ਰਾਈਵੇਟ ਆ ਮੌਕੇ ਦਾ ਇੱਕ ਜਿਹੜਾ ਪੈਰਲ ਸਿਸਟਮ ਨਾ ਬਣਾਓ ਜੋ ਚੱਲ ਰਿਹਾ ਉਹੀ ਚੱਲਦਾ ਰਹੇ ਔਰ ਐਸਾ ਵੀ ਅੱਗੇ ਲਈ ਸਰਕਾਰ ਆਪਣੇ ਆਪ ਅਧਿਕਾਰ ਨਾ ਹਾਸਲ ਕਰੇ ਕਿ ਤੁਸੀਂ ਜਿਹੜੀ ਕਨਕਰੈਂਟ ਲਿਸਟ ਉਹਨੂੰ ਯੂਜ਼ ਕਰਕੇ ਨਾ ਤੁਸੀਂ ਸੂਬਿਆਂ ਦੇ ਅਧਿਕਾਰਾਂ ਦੇ ਪਰਛਾਪੇ ਮਾਰੋ ਖੇਤੀਬਾੜੀ ਦੇ ਖਿਲਾਫ ਕਾਨੂੰਨ ਬਣਾਉਂਦੇ ਰਹੋ ਅੱਜ 3 ਕਾਨੂੰਨ ਬਣਾਏ ਅੱਗੇ ਹੋਰ ਬਹੁਤ ਜ਼ਿਆਦਾ ਬਣਾ ਦੇਣਗੇ ਇਹ ਰਸਤਾ ਅਸੀਂ ਬੰਦ ਕਰਨਾ ਚਾਹੁੰਦੇ ਹਾਂ ਚਿੱਠੀ ਵਾਲੀ ਗੱਲ ਦੱਸੋ ਕਿ ਚਿੱਠੀ ਨੂੰ ਲੈ ਕੇ ਤੁਸੀਂ ਕੀ ਇੱਕ ਸੱਦੇ ਦੇ ਤੌਰ 'ਤੇ ਇਸ ਚਿੱਠੀ ਨੂੰ ਵੇਖਦੇ ਹੋ ਕਿਉਂਕਿ ਮੈਂ ਅਸੀਂ BKU ਏਕਤਾ ਉਗਰਾਹਾਂ ਵਾਲੇ ਜਿਹੜੇ ਲੀਡਰ ਨੇ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਿਹੜੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਉਹਨਾਂ ਨੇ ਸਪਸ਼ਟ ਕਰਤਾ ਕਿ ਇਹ ਸੱਦਾ ਤਾਂ ਹੈ ਹੀ ਨਹੀਂ ਇਹ ਤਾਂ ਉਹਨਾਂ ਨੇ ਆਪਦੀਆਂ ਪੁਰਾਣੀਆਂ ਜਿਹੜੀਆਂ ਸਾਡੀਆਂ ਮੁਲਾਕਾਤਾਂ ਹੋਈਆਂ ਸੀ ਉਹੀ ਗੱਲ ਸਾਡੇ ਕੋਲ ਦੁਹਰਾ ਦਿੱਤੀ ਹੈ ਮੈਂ ਇਹ ਪੁੱਛਣਾ ਚਾਹੁੰਦਾ ਜਿਹੜੀ ਜਥੇਬੰਦੀਆਂ ਦੀ ਇੱਥੇ ਮੀਟਿੰਗ ਹੋਈ ਹੈ ਕੀ ਤੁਸੀਂ ਇੱਕ ਸੱਦੇ ਦੇ ਤੌਰ ਦੇ ਉੱਤੇ ਇਸ ਨੂੰ ਡਿਸਕਸ ਕੀਤਾ ਹੈ ਜਾਂ ਕਰੋਗੇ ਇਹੀ ਬੇਨਤੀ ਮੈਂ ਪਹਿਲਾਂ ਕੀਤੀ ਹੈ ਵੀ ਅਸੀਂ ਤੁਸੀਂ ਕੋਈ ਸੱਦਾ ਨਹੀਂ ਸਮਝਦੇ ਹੈ ਸੱਦਾ ਉਹ ਹੁੰਦਾ ਹੈ ਜਿਸ ਦੇ ਉੱਪਰ ਕੰਕਰੀਟ ਪ੍ਰਪੋਜ਼ ਹੁੰਦੇ ਆ ਕੋਈ ਡੇਟ ਐਂਡ ਟਾਈਮ ਹੁੰਦਾ ਇਸ ਲਈ ਉਸ ਤਰ੍ਹਾਂ ਦਾ ਹੈ ਨਹੀਂ ਤਾਂ ਸਿਰਫ ਇੱਕ ਵਿਸਥਾਰ ਕੀਤਾ ਹੋਇਆ ਵਿਸਥਾਰ ਉਹ ਪੜ੍ਹ ਕੇ ਇੱਕ ਨੌਲੇਜ ਲਈ ਹੈ ਹੁਣ ਅਸੀਂ ਦੇ ਵਿੱਚ ਗਏ ਹਾਂ ਜਿਸ ਬੰਦੇ ਨੂੰ ਪੜ੍ਹਾਈਏ ਆਪਾਂ ਉਹ ਕਹੇਗਾ ਠੀਕ ਹੈ ਕਿਸਾਨਾਂ ਨਾਲ 5 ਮੀਟਿੰਗਸ ਹੋਈ ਇਹ ਗੱਲਾਂ ਹੋਈਆਂ ਇਹ ਜਾਣਕਾਰੀ ਲਈ ਹੈ ਇਸ ਲਈ ਸੱਦਾ ਸਰਕਾਰ ਉੱਪਰ ਕੋਈ ਸਰਕਾਰ ਇੱਕ ਪ੍ਰਭਾਵ ਬਣਾਉਣਾ ਚਾਹੁੰਦੀ ਹੈ ਕਿ ਸਾਡੇ ਵੱਲੋਂ ਚਿੱਠੀ ਚਲੀ ਗਈ ਹੈ ਸੱਦੇ ਦੇ ਤੌਰ ਤੇ ਉਸ ਨੂੰ ਪ੍ਰਚਾਰਿਆ ਵੀ ਜਾ ਰਿਹਾ ਹੈ ਕਿ ਸੱਦਾ ਭੇਜਿਆ ਗਿਆ ਜਥੇਬੰਦੀਆਂ ਨੂੰ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਤੇ ਸਰਕਾਰ ਇੱਕ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਹੈ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤਰੀਕੇ ਦੀਆਂ ਚਿੱਠੀਆਂ ਨਾਲ ਨਹੀਂ ਨਹੀਂ ਅਸੀਂ ਉਸ ਨੂੰ ਬ੍ਰਸ਼ ਸਾਈਡ ਕਰ ਦਾਂਗੇ ਨਾ ਅਸੀਂ ਫੈਸਲਾ ਕੀਤਾ ਉਸ ਨੂੰ ਸਾਡੇ ਕੋਲ ਤਾਂ ਦੇਖੋ ਬੜੀਆਂ ਦਲੀਲਾਂ ਨੇ ਅਸੀਂ ਸਰਕਾਰ ਨੂੰ ਵੀ ਟੇਬਲ ਤੇ ਦਲੀਲਾਂ ਨਾਲ ਹਰਾ ਚੁੱਕੇ ਹਾਂ ਪਹਿਲਾਂ ਹਰਾ ਚੁੱਕੇ ਹਾਂ ਪਹਿਲਾਂ ਅਸੀਂ ਗੱਲ ਨਹੀਂ ਵੀ ਕਿ ਅਸੀਂ ਘੰਟਿਆਂ ਬਧੀ ਬਹਿਸ ਕਰਕੇ ਕਨਵਿੰਸ ਕਰਾ ਚੁੱਕੇ ਹਾਂ ਵੀ ਕਿਉਂ ਜਿਹੜੀ ਪ੍ਰਾਈਵੇਟ ਮੰਡੀਆਂ ਠੀਕ ਨਹੀਂ ਕਿਉਂ ਕੰਟਰੈਕਟ ਫਾਰਮਿੰਗ ਠੀਕ ਨਹੀਂ ਕਿਉਂ ਤੁਸੀਂ ਐਸੈਂਸ਼ੀਅਲ ਕਮਿਊਨਿਟੀ ਐਕਟ ਨੂੰ ਜਿਹੜਾ ਅਮੈਂਡ ਕਰਨਾ ਚਾਹੁੰਦੇ ਹੋ ਜ਼ਖੀਰੇਬਾਜ਼ੀ ਜਿਹੜੀ ਬਲੈਕ ਮਾਰਕੀਟ ਨਹੀਂ ਖੁੱਲਣਾ ਕਿਉਂ ਠੀਕ ਨਹੀਂ ਹੈ ਅਸੀਂ ਸਾਰਾ ਦਲੀਲਾਂ ਦੇ ਚੁੱਕੇ ਹਾਂ ਉਹਨਾਂ ਨੂੰ ਇਸ 'ਤੇ ਉਹ ਸਹਿਮਤ ਮੈਂ ਤਾਂ ਹੀ ਉਹਨੂੰ ਅਮੈਂਡ ਕਰਨਾ ਚਾਹੁੰਦੇ ਨਾ ਉਹ ਜੇ ਉਹ ਗਲਤ ਸੀ ਪਹਿਲਾਂ ਅਸੀਂ ਕਹਿੰਦੇ ਵੀ ਜੇ ਇੰਨਾ ਕੁਝ ਗਲਤ ਹੈ ਉਸ ਦੇ ਵਿੱਚ ਤਾਂ ਤੁਸੀਂ ਇਹਦਾ ਘਰ ਵੀ ਕਿਉਂ ਰੱਖਣਾ ਚਾਹੁੰਦੇ ਹੋ ਕਿ ਉਹਨੂੰ ਵੀ ਖਤਮ ਕਰੋ ਜਿਹੜਾ ਗੈਰ ਸੰਵਿਧਾਨਕ ਹੈ ਇਸ ਲਈ ਇਹ ਤਾਂ ਉਹਨਾਂ ਨੂੰ ਵੀ ਪਤਾ ਹੈ ਹੁਣ ਇਹ ਕਰਕੇ ਸਾਡੇ ਖਿਲਾਫ਼ ਨਹੀਂ ਮੈਂ ਨਹੀਂ ਸਮਝਦਾ ਹੈ ਇਹ ਤਾਂ ਆਮ ਕਿਸਾਨ ਭਲੀ ਬਣ ਜਾਣਦੇ ਆ ਕਿਸੇ ਨੂੰ ਵੀ ਪੜਾਓ ਉਹ ਕਹਿਣਗੇ ਉਹ ਸੱਦਾ ਥੋੜ੍ਹਾ ਇਹ ਤਾਂ ਗੱਲਾਂ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਪਰ ਫਿਰ ਵੀ ਅਸੀਂ ਕੀਤਾ ਫਿਰ ਵੀ ਅੱਜ ਦੀ ਮੀਟਿੰਗ 'ਚ ਅਸੀਂ ਇਹ ਫੈਸਲਾ ਕੀਤਾ ਔਰ ਸੰਯੁਕਤ ਮੋਰਚੇ ਦੀ ਕੱਲ੍ਹ ਨੂੰ ਮੀਟਿੰਗ ਕਰਾਂਗੇ ਜਿਹੜਾ ਕਿਉਂਕਿ ਸਾਰੇ ਇੰਡੀਆ ਦਾ ਸਵਾਲ ਹੈ ਅਸੀਂ ਉਹਨੂੰ ਇਹ ਨਹੀਂ ਬਹਾਨਾ ਉਹਨੂੰ ਦੇਣਾ ਕਿ ਅਸੀਂ ਭੇਜਿਆ ਸੀ ਕਿਸਾਨ ਚੁੱਪ ਰਹੇ ਕੁਝ ਕਿਹਾ ਨਹੀਂ ਅਸੀਂ ਉਹਨਾਂ ਨੂੰ ਵਿਦ ਆਰਗੂਮੈਂਟ ਜੋ ਵੀ ਪੁਆਇੰਟ ਰੇਜ਼ ਸੀ ਵਿਦ ਆਰਗੂਮੈਂਟ ਉਹਨਾਂ ਨੂੰ ਲਿਖ ਕੇ
नाल आर्गूमेंट बिल्ड करके भी ये क्यों गलत ने जो तुम भेजे और ये जो कानून ने क्यों रिपील होने चाहिए क्यों रद्द होने चाहिए ने असं डिटेल फिर भेज देवे विद इन डे और टू। मैं ये दसो कि जो पहलों दंगा लैके सरकार लगातार ये प्रचार कर रही है कि जथेबंधियां सानू जो कह रही असं मन भी तैयार हो चुके हैं नाल हले भी प्रचार लगे हुए हैं कि खेती कानून जोड़े ने तुहाडे किसानां दे फायदे दे विच होणगे तो यह दोनों चीज़ों तुसीं किवें देखदे हो तो उसनू तुसीं काउंटर किवें करोगे जो सरकार ये कहती है कि जो सानू मंगा जथेबंधियां ने इतराज़ चुके तुसीं सुधारे भी सुधारण के लिए असी प्रस्ताव भी भेजा से भविख्य जेकर कोई मांग करते तो भी सुधारण लिए तैयार नहीं जाए अजिहा पहलों तो कोई कहा नहीं जथेबंधियां ने कदे भी जिन्नी भी डिस्कशन हुई ना असी अपने वालों जो उहदे विच एक्ट क्यों गलत है वो पॉइंट उठाए उन्होंने उन्हें पॉइंट यह समझे भी शायद असं अमेंडमेंट चाहते हैं। देखो ये एक कम्यूनीकेशन गैप है आपस के जदों सानू उन्होंने कहा भी तुम दसो भी एक्ट क्यों गलत ने असी सब तो पहले शुरू किया भी अनकॉन्सटीट्यूशनल है नंबर वन पॉइंट साडा उह सी। इस दे उपर मेरा ख्याल है दो घंटे बहस राजेवाल साहब मैं ते होर साथी ने असी कीती उहदे पर काफ़ी कुछ होया सारा पढ़ के सारा तो उस तो बाद कहिंदे जी अगे दसो हुण अगे फिर असी एक एक चीज़ फिर एक्सप्लेन की उन्होंने भी ये सिस्टम तुसीं प्राइवेट मंडी का बनाने कंट्रैक्ट फार्मिंग है ये है कोर्ट्स का है भी ये सारा इस दे विच गलत है तो उन्होंने प्रभाव शायद ये ले लिया भी किसान शायद चाहते हैं भी ये चीज़ों विचों कढ़ दिओ पांच चार चीज़ा शोध कर दे फिर ठीक है पर जिहड़ा पहला पॉइंट साडा वैलिड तो जो एक्ट बनाने का तुहानू अधिकार ही नहीं गैर संविधानक है तो दूजे तो अपने आप ही रद्द हो जाते हैं फिर ये साढ़े पहले पॉइंट में छड़ के दूजे बनाना चाहते हैं जिहड़ा कि असीं नहीं करते साडा बड़ा स्पष्ट केस है हुण इन वन वॉयस भी हुण तां ये तुहानू ये स्टेज बहुत पहला हो सकती सी जदों अंदोलन जो पंजाब जी चल रहा सी ना ये उदों ही बुलाउंदे कह दिंदे भी हाँ ये चीज़ां रिमूव कर देने शायद उदों ये गल किसे कंडे लग भी जांदी पर हुण अंदोलन जिन्ना अगे वध गया सारे इंडिया च फैल गया हर स्टेट चला गया विदेशां चले गया सपोर्ट आनी शुरू हो गई भी इन्हें खतरनाक कानून है खेती बाड़ी बर्बाद हो जाएगी तुसीं इन्हां रद्द कराए तो बिना होर कोई हल ही नहीं एड्डी वड्डी लोक राय किसानां दे हक च बिल्ड हो जाए और एक महीने तुसीं इत्थे बैठे हुई है हुण असीं थोड़ा प्रबंध कर लेंगे उन्हां गल्लां नूं उह तां पुरानी गल हो गई हुण सरकार नूं भी अगे वधना चाहीदा इस तां अंदोलन भी बहुत अगे वध चुका है अंदोलन की रफ्तार भी तेज होंगी जा रही है इन्हें होर भी अगे वधना है। खेतीबाड़ी मीटिंग करने का कोई तुहानूं लगता है कि मतलब है या सीधे प्रधानमंत्री नूं आना चाहिए मीटिंग चों? देखो असी ये तो शर्त नहीं लाते हैं जे अथॉरिटी लैके आन अमित शाह जी लैके आन तोमर साहब लैके आन जिहड़ा मर्जी लैके आए वो कहे भी सानूं अथॉरिटी हर फैसला लै सकते हैं क्योंकि सानूं तो पिछली मीटिंग तोमर साहब ने कह दिता सी कि देखो जी सोधा सुधा वाली गल तो असी सोच सकते आपस के पर जी रिपील करने वाली होर गल गल वड्डी है तो सानू अपने एग्रीकल्चर एक्सपर्ट साडी सरकार दे होर जिहड़े उच्चे नुमाइंदे ने उन्हां नाल गल करनी होवे तां कर सकदे आ इस तो स्पष्ट हो जाता भी वो परसनली शायद कंपीटेंट नहीं जे वह कंपीटेंट नहीं तो मीटिंग लाजमी अवश्य होर उच्च अधिकारियों नाल होनी चाहिए है। किन्नी संभावना जिहड़ी चिट्ठी आई है किन्नी मौके दी फैसला कर सकन किन्नी संभावना जिहड़ी नवीं चिट्ठी आई है किन्नी संभावना असीं मन के चलीए कि जथेबंदियां गलबात लई अगे वध सकदियां ने किन्नी संभावना इस चिट्ठी तो बहुत ही उम्मीद लगती है इस तो उम्मीद लगती नहीं है तो असी जवाब दे दूंगा सरकार नूं कोई मत आवे वो दोबारा कोई इनविटेशन भेजे डेट एंड टाइम रख के फिर उस बारे विचार किया जा सकता है पर ये कुछ नहीं कोई ऐसी गल है नहीं। ठीक है सर बहुत बहुत धन्यवाद गलबात करने के लिए सो सन प्रेम सिंह पंगू जिन्हों का कहना है कि सरकार उन्होंने गलों पर ही रुकी हुई है जो पिछलियां पांच मीटिंगों के गलबात हुई है अगे की कोई गलबात इस नवी चिट्ठी सामने नहीं आती सरकार उस तो अगे वधना चाहिए है वो कहें कि किसानों को कोई भुलेखा नहीं है सरकार जेकर चाहती है तो वो मुड़ तो जिहड़ा है कानून के हर गल नूं लैके हर लाइन लैके स्थिति स्पष्ट करने लिए तैयार ने इसलिए सरकार नूं जिहड़ा है सरकार नूं अगे वधना चाहिए है इसलिए जथेबंदियां गलबात तो कदे पिछे नहीं हटियां जेकर सद्दा आया तो कल उस पर विचार होगी तो उस बाद जो सांझा फैसला होएगा वो सब के सामने रखा जाएगा। कैमरा परसन जग्गी दे नाल कुलविंदर सिंह जस पंजाबी दिल्ली। किसान मजदूर संघर्ष कमेटी के सूबा प्रधान सतनाम सिंह पन्नू ने साडे नाल पन्नू साहब की असं मनीए कि तुम उस चिट्ठी जो भेजी गई है तुम रद्द कर रहे हो उस चिट्ठी कि उस चिट्ठी कुछ भी नहीं है? हाँ असं रद्द कर रहे हैं चिट्ठी बिल्कुल रद्द कर रहे हैं भी वो चिट्ठी कुछ नहीं है वो कोई उस नवी बात नहीं हैगी उस उ गल्ला जिड़ियाँ पिछलिया पांच मीटिंग हुई बार बार दोहराइयां भी आह पॉइंट जी आह पॉइंट तुम दिते नहीं गए जो होर पॉइंट को देने अमेंडमेंट करा लो कोई होर अमेंडमेंट चाहिए ये तो वो करा लो इस तरीके दल्ला गुल् की गई वा कोई अर्थ नहीं गा जदों के असी मंग कर रहे हैं भी जो तीनों खेती के कानून रद्द किए जाए जो बिजली शोध बिल 2020 आ वो रद्द किया जाए जी हवा प्रदूषण वाला एक्ट है वह रद्द किया जाए कीमत जोड़ा है वा एम एस पी का
कीमत गारंटी का जो कानून है उसको पास किया जाए। जो उन्होंने कहा कि तुम तरीक निर्धारित कर लो, समा निर्धारित कर लो, अपनी जगह निर्धारित कर लो, असं उत्थे आके गल करने तैयार हाँ, उन्होंने किमें देख रहे हो? नहीं नहीं, वो देखो वो तो लिजाने वाली गल है, वो तो किसान जथेबंदियों लिजाने वाली गल आ, मतलब ये असं कित करा, असं कि समा तय करा, कितने अं कि बुलावे सरकार, ये तो सरकार ने बुलाना वा। जे उन्होंने इरादा ठीक आ, जे उन्होंने अपनी उन्होंने मन ठीक आ, जे वो कोई फैसला लेना चाहते हैं तो फिर वह दसन भी कितने करनी गलबात, कि थां वा कितने करनी आ, किन्ने करनी, ये भी नहीं वेद है गलबात करनी किन्ने, कोई गोल मोल है सारा कुछ। तुम्हें जी रद्द की चिट्ठी की बाकी जथेबंद संपर्क किया, उन्होंने सलाह मशवरा किया, अपने पद्धर से फैसला? नहीं नहीं, देखो साड़ी जथेबंद का अपना वा भी असं चिट्ठी रद्द करते हैं, ठीक है। किसान मजदूरी आड़ी जड़े है अगर आवा किसान जो उन्होंने भी यह क्या भी चिट्ठी का कोई अर्थ नहीं है, ठीक है, वो की फैसला करते हो, अपना फैसला उन्होंने कर चलोंगे जो मानते हैं कि अभी मीटिंग करने तैयार हो? नहीं, मीटिंग अभी पहले नहीं गए, असं अपने जथेबंद दस सकते हैं भी जथेबंदी जी पहला मीटिंग नहीं गए, हूँ भी साडा मीटिंग इस तरह की मीटिंग जी मीटिंग देखा, प्रधानमंत्री खुद बुला लें, कोई हल कर, प्रधानमंत्री तो अलावा होर किसी मीटिंग नहीं करना चाहते? असं मीटिंग थले लैवल का कोई अर्थ भी नहीं है, कोई भी अर्थ नहीं है ना, वो मीटिंग कुछ निकलना ही है। अच्छा, तुम चाहते हो यस और नो तो कहने ने किसानों अगे बढ़ना चाहिए, किसान बढ़ सकते हैं यस नो तो अगे विचला कोई गल? यस और नो तो सरकार अगे बधे, वो जस वाले बने जाए, सरकार जाए, असं तो क्या जस और नो का मतलब यही है, जो खेती के तीनों कानून है उनको उन्होंने रद्द करने की गल अं कर रहे हैं, भी रद्द करो उन्होंने। पर वो तो गल सरकार संकेत दे रही है लगातार जो चिट्ठिया लिखते हैं कि देखो असं तो गलबात तैयार हाँ, किसान ही अगे आ रहे। नहीं, गलबात जी तैयार की गल है, गलबात तैयार वो तो पहले डिस्कशन हो चुकी, उत्ते डिस्कशन हो चुकी है, पॉइंट पॉइंट से डिस्कशन हो चुकी है, तो फिर उन्होंने दोबारा डिस्कशन करने का की अर्थ है? फिर वो सरकार की बद रही, सरकार कोई गलबात वास्ते नहीं बद रही, उलझा रही है जिहड़ा वा उलझा के ते संघर्ष नूं तार पीड़ो करने की कोशिश है, तो वो अपना गमराह कर रही। मैं ये दसो कि जो तुहाडी स्थिति स्पष्ट है कि तुम कानून रद्द कराने तो अलावा होर कोई गलबात करना ही नहीं चाहते, तो फिर जी गलबात वाला जिक्र होंगे कि केंद्र सरकार ना मीटिंग हो, गलबात अगे वधे, किसान भी गलबात तो पिछे नहीं हटते, तो उस गलबात की फिर संभावना कितने रह जाती है जो तुहाडी स्थिति पूरी तरह क्लीयर है कि इस तरह रद्द ही करवाने, गलबात की संभावना कितने रहती है? ना ना, वेखो इधर, मतलब जेडे कानून लोगों को वारा ना खाण, देश डेमोक्रेसी है, जे डेमोक्रेसी सारे वर्ग कह रहे हैं, सारा देश कह रहा भी ये कानून खेती के लिए माड़े हैं, खेती लिए गलत है, कानून है खेती लिए चंगे नहीं है, तो फिर प्रधानमंत्री नूं लोगों की जन की आवाज़ सुननी चाहिए आ, तो ये कानून खत्म करने चाहिए। दूजी गल ये भी इतिहास है, जदों भी कित पिछे इतिहास के जो भी जेड़े भी कानून लोगों वारा नहीं खाधे, वो कानून सरकार वापस लेने पे आ, चाहे वह तानाशाह हो, चाहे वह राजे हो, चाहे महाराज हो, उन्होंने वापस लेने पे आ, चाहे अंग्रेज हो, उन्होंने वापस लेने पे आ, तो मोदी साहब न भी वो कान पर लिखा पढ़ लेना चाहिए, तो वह कानून जेडे लोगों की जन की आवाज़ सुन के, जे कोई डेमोक्रेसी समझते इतने डेमोक्रेसी है, फिर लोगों की आवाज़ सुन के कानून वापस लेने चाहिए। तुम्हें जी परचोल की है, तुम्हें कहा कि सद्दा पत्र नहीं है, पिछलिया मीटिंगा का जो कुछ होया वो कुछ लिख के भेज दिता उन्होंने, तुम किस तरीके का सद्दा पत्र चाहते हो, भी सरकार की कुछ लिख के तुम्हें भेजे जिद तुम लगे कि हाँ मीटिंग लिए अं जा सा यही है भी प्रधानमंत्री खुद अपना मन बना एजेंडे एजेंडा लेके भेजन भी इन्ना इन्ना जो खेती कानून है इन्हें रद्द करने बारे असं गलबात करनी चाहते हैं, तो उदे ते कुछ होर दौन उदे ते नाल बैठ के किसान जथेबंदियां दे सारियां देश दियां नूं सद के उदे बारे गलबात करन, उदे चों कुछ निकलूगा, उदे ते असीं जाण बारे विचार भी कर सकते हैं। चिट्ठी बारे तुसीं कोई बाकी जथेबंदियां नाल गल हुण तक कीती है, तुसीं कोई अपना उन्हां तक पहुंचाया कि तुहाडा की हुण तक विचार बणिया उन्हां तक? बारे साडी गलबात होई भी आ, बाकी वो अपनी मीटिंग कर रहे हैं, वेखो की मीटिंग करते हो उन्हां दा वा, बाकी साडा होया भी असीं अपना पक्ष दस्सिया, जे वो जाण नूं तैयार हो जांदे तुहानूं लगदा नहीं एक वारी मुड़ तों गल ये उठेगी कि वो लग तुर रहे ने तुसीं लग तुर रहे हो? ना 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 ना, वेखो चल जाणगे, वो चल जाएंगे, अगे भी गए कि इतराज होया, अं कोई इतराज नहीं किया उन्होंने, वो मीटिंग जा सकते हैं, मीटिंग जा चल जाए, पर साडा सानू लगी जाता भी मीटिंग यह मीटिंग का कोई फायदा नहीं होना, मीटिंग से जाके वो किसी गल लैके सहमत होंगे तो फिर मुझे तो जथेबंदी इनकार कर देगी, उन्होंने मिलो जे खेती कानूनों तो थले कुछ भी सहमत होंगे तो असं सहमत नहीं होवे, असं वो गलते सहमत होवे जी सहमत होने वाली है, जी गल सहमत होने वाली नहीं उत्ते नहीं होवे। धन्यवाद सर, सन सतनाम सिंह पन्नू जी जिन्हों का कहना है कि चिट्ठी की उन्होंने जो पड़चोल की है तो यही गल सामने आई है कि इस चिट्ठी के नवा कुछ भी नहीं है, ना सद्दा पत्र भी नहीं है, वो इस चिट्ठी सद्दा पत्र भी नहीं मानते, उनका कहना है कि जो केंद्रीय खेतीबाड़ी मंत्री ने जो पुरानी गल्ला हुई वही गल्ला इस चिट्ठी लिख के भेज दी गई ने, इसलिए वो इस रद्द भी करते हैं। कैमरा परसन जग्गी नाल कुलविंदर सिंह जस पंजाबी दिल्ली। वीके यू एकता गुराह के प्रधान जोगिंदर सिंह गुराह ने, गुराह साहब तुम्हें पड़चोल की है चिट्ठी की, ਤੁਹਾਨੂੰ ਕਿਉਂ ਲੱਗਿਆ ਕਿ ਸੱਦਾ ਨਹੀਂ ਹੈਗਾ, ਇਹ ਤਾਂ ਆਪਣੀ ਆਪਣੀ ਗੱਲ ਸਰਕਾਰ ਨੇ ਕਿਹਾ? ਉਹ ਜੀ ਗੱਲਾਂ ਤੋਂ ਪਤਾ ਲੱਗਿਆ ਨਾ, ਜਿਹੜੀਆਂ ਆਪਾਂ ਗੱਲਾਂ ਪੜ੍ਹੀਆਂ ਨੇ ਉਹਦੇ 'ਚ, ਉਹ ਗੱਲਾਂ ਦੇ ਵਿੱਚ ਇੱਕ ਕੰਟੇਰੀਆ ਬਣਾਤਾ ਵੀ ਆਹ ਦੇਖੋ ਅਸੀਂ ਸੋਧਾਂ ਕਰਤੀ, ਆਹ ਅਮੈਂਡਮੈਂਟਾਂ ਦੀ ਗੱਲ ਕਰਨੀ ਹੈ ਦੁਬਾਰੇ ਹੋਰ ਕਰਾਉਣੀ ਤੁਸੀਂ ਕਰਵਾ ਲਓ, ਇਹ ਚਿੱਠੀ ਹੈ ਇਹਦੀ ਬਸ, ਜੇ ਇਹ ਚਰਚਾ ਦੀ ਗੱਲ ਇਹ 'ਤੇ ਚਰਚਾ ਕਰਨੀ ਹੈ, ਅਮੈਂਡਮੈਂਟ 'ਤੇ ਚਰਚਾ ਕਰਨੀ, ਆ ਜਾਓ ਥਾਂ ਰੱਖ ਲਓ, ਡੇਟ ਰੱਖ ਲਓ, ਤੁਹਾਡੀ ਹੈ।
ਪਾਸੇ ਤੁਸੀਂ ਚਰਚਾ ਲਈ ਵੀ ਤਿਆਰ ਹੋ ਪਰ ਦੂਜੇ ਪਾਸੇ ਤੁਹਾਡਾ ਇੱਕ ਸਟੈਂਡ ਪੱਕਾ ਹੈ ਕਿ ਕਾਨੂੰਨ ਰੱਦ ਕਰੋ ਯੈਸ ਔਰ ਨੋ ਵਾਲੀ ਪਾਲਿਸੀ ਤੇ ਤੁਸੀਂ ਚੱਲ ਰਹੇ ਹੋ ਚਰਚਾ ਹੋਵੇ ਕਾਨੂੰਨ ਰੱਦ ਤੇ ਫਿਰ ਅਸੀਂ ਤਿਆਰ ਪਰ ਤੁਹਾਨੂੰ ਲੱਗਦਾ ਕਿ ਜਿਹੜਾ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਸਮਾਂ ਤੈਅ ਕਰ ਲਓ ਤੁਸੀਂ ਜਗ੍ਹਾ ਤੈਅ ਕਰ ਲਓ ਅਸੀਂ ਆ ਜਾਾਂਗੇ ਗੱਲ ਕਰ ਲਾਂਗੇ ਕਰ ਲਾਂਗੇ ਨਾਲੇ ਸਮਾਂ ਤੈਅ ਕਰ ਲਾਂਗੇ ਨਾਲੇ ਡੇਟ ਤੈਅ ਕਰ ਲਾਂਗੇ ਪਰ ਚਰਚਾ ਉੱਥੇ ਹੋਵੇ ਉਹ ਜਿਹਾ ਕੁਝ ਕਹਿੰਦੇ ਤੁਸੀਂ ਯੈਸ ਔਰ ਨੋ ਤੋਂ ਅੱਗੇ ਤੁਰੋ ਯੈਸ ਨੋ ਤਾਂ ਕਦੋਂ ਯੈਸ ਨੋ ਤਾਂ ਅਸੀਂ ਕਹਿ ਕੇ ਆਇਆ ਯੈਸ ਨੋ ਦਾ ਇੱਕ ਸੰਕੇਤ ਹੈ ਸੰਕੇਤ ਦਾ ਮਤਲਬ ਦੋ ਪੜਾਵਾਂ ਦੀ ਗੱਲ ਚੱਲ ਗਈ ਤੀਜੇ ਪੜਾਅ 'ਚ ਜਾ ਕੇ ਦਾਖਲ ਹੋ ਤੀਜੇ ਪੜਾਅ 'ਚ ਦਾਖਲ ਹੋ ਅਸੀਂ ਦੱਸਿਆ ਦੇਣ ਪਰ ਤੁਸੀਂ ਇਹ ਦੱਸੋ ਨਾ ਕਿ ਤੁਸੀਂ ਜਦੋਂ ਤੁਹਾਡਾ ਸਟੈਂਡ ਕਲੀਅਰ ਹੈ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਗੱਲਬਾਤ ਤਾਂ ਉਦੋਂ ਹੁੰਦੀ ਹੈ ਜਦੋਂ ਵਿੱਚ ਵਿਚਾਲਾ ਕੋਈ ਰਸਤਾ ਤਿਆਰ ਕਰਨ ਲਈ ਦੋਵੇਂ ਦੁਨੀਆ ਦੋਵੇਂ ਧਿਰਾਂ ਨੇ ਤਿਆਰ ਹੋਣ ਤੁਸੀਂ ਤਾਂ ਕਲੀਅਰ ਹੋ ਕੇ ਰੱਦ ਹੀ ਹੋਣੇ ਚਾਹੀਦੇ ਆ ਇਹ ਮੱਝ ਦਾ ਸੌਦਾ ਨਹੀਂ ਬਾਈ ਵੀ 20,000 ਮੁੱਲ ਕੀਤਾ 18 ਦੀ ਦੇ ਦਿਓ ਐਂ ਨਹੀਂ ਨਾ ਹੁੰਦਾ ਇੱਥੇ ਜਿਹੜਾ ਚ ਨੁਕਸ ਜਿਹੜੀ ਨੁਕਸ ਚੀਜ਼ ਆ ਉਹ ਗਾਹਕ ਲੈਣਾ ਨਹੀਂ ਚਾਹੁੰਦਾ ਕਿਉਂ ਦਿੰਦੇ ਮੈਂ ਉਹੀ ਪੁੱਛ ਰਿਹਾ ਕਿ ਜਦੋਂ ਤੁਸੀਂ ਕਲੀਅਰ ਹੋ ਕਿ ਰੱਦ ਹੀ ਹੋਣੇ ਚਾਹੀਦੇ ਆ ਤਾਂ ਫਿਰ ਇਹ ਗੱਲਬਾਤ ਦੀ ਸੰਭਾਵਨਾ ਰੱਖਣ ਦਾ ਕੀ ਮਤਲਬ ਹੈ ਕਿ ਗੱਲਬਾਤ ਕਰੋ ਮੀਟਿੰਗਾਂ ਕਰੋ ਉਹਦੇ ਵਿੱਚ ਨਿਕਲਦਾ ਕੁਝ ਹੈ ਹਾਕਮਾਂ ਦਾ ਦੌਰ ਹੁੰਦਾ ਨਿਰਾਸ਼ ਕਰਨਾ ਜਾਓ ਵਾਪਸ ਮੁੜ ਕੇ ਆ ਕੇ ਕਹਿ ਦਿਓ ਵੀ ਕੁਛ ਨਹੀਂ ਨਿਕਲਿਆ ਅੰਦਰ ਜਾਓ ਵਾਪਸ ਆ ਕੇ ਕਹਿ ਦਿਓ ਵੀ ਕੁਛ ਨਹੀਂ ਨਿਕਲਿਆ ਜਿਹੜੀ ਜਨਤਾ ਤੁਹਾਡੇ ਪਿੱਛੇ ਬੈਠੀ ਹੈ ਇਹ ਨਿਰਾਸ਼ ਹੋ ਜਾਊ ਮੀਟਿੰਗ ਮੂਟਿੰਗ ਜਾਂਦੇ ਨੇ ਕੁਛ ਨਿਕਲਣਾ ਤੁਹਾਨੂੰ ਲੱਗਦਾ ਨਹੀਂ ਕਿ 32 ਜਥੇਬੰਦੀਆਂ ਨੂੰ ਇਕੱਠੀਆਂ ਹੋ ਕੇ ਕਲੀਅਰ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਇਸ ਸਟੈਂਡ ਤੇ ਬੈਠੇ ਆ ਇਸ ਤੋਂ ਵੱਧ ਹੋਰ ਕੋਈ ਗੱਲਬਾਤ ਨਹੀਂ ਹੋਏਗੀ ਤੁਸੀਂ ਰੱਦ ਕਰਨੇ ਆ ਤਾਂ ਦੱਸੋ ਨਹੀਂ ਕਰਨੇ ਤਾਂ ਦੱਸੋ ਬਿਲਕੁਲ 40 ਦਾ ਸਟੈਂਡ ਹੈ ਕੱਲੀਆਂ ਬੱਤੀਆਂ ਦਾ ਨਹੀਂ ਸਾਰੇ ਦੂਜੀਆਂ ਸਟੇਟਾਂ ਦਾ ਵੀ ਸਾਰੀਆਂ ਦਾ ਸਟੈਂਡ ਇਹ ਹੈ ਵੀ ਅਸੀਂ ਰੱਦ ਤੇ ਖੜੇ ਆ ਇੱਕ ਮਤ ਤਾਂ ਬਿਲਕੁਲ ਨਹੀਂ ਦੂਜਾ ਕੋਈ ਪਰ ਤੁਸੀਂ ਹੁਣ ਇੱਕ ਮਤ ਹੋ ਕੇ ਚਿੱਠੀ ਬਾਰੇ ਪੜਚੋਲ ਕੀਤੀ ਆ ਜਾਂ ਤੁਸੀਂ ਲੱਗਦਾ ਕਿ ਬਾਕੀ ਜਥੇਬੰਦੀਆਂ ਪੜਚੋਲ ਕਰਨਾ ਚਿੱਠੀ ਦੀ ਹਰ ਇੱਕ ਜਥੇਬੰਦੀ ਨੇ ਆਪਦੇ ਆਪਦੇ ਘੇਰੇ 'ਚ ਰਹਿ ਕੇ ਪੜਚੋਲ ਕੀਤੀ ਹੈ ਮਤ ਇੱਕ ਬਣਾਉਣਾ ਅਜੇ ਬਾਕੀ ਸਹਿਮਤ ਹੋ ਕੇ ਚੱਲਾਂਗੇ ਇੱਕੋ ਹੀ ਬਣਾਵਾਂਗੇ ਸਾਰੇ ਇਹ ਨਹੀਂ ਵੀ ਜਦੋਂ ਉਹਨਾਂ ਨੇ ਤੈਅ ਕਰ ਲਿਆ ਅਸੀਂ ਨਹੀਂ ਜਾਵਾਂਗੇ ਦੇਖਾਂਗੇ ਜਿਵੇਂ ਤੁਸੀਂ ਇਹਨੂੰ ਰੱਦ ਕੀਤਾ ਤੁਹਾਨੂੰ ਕੀ ਲੱਗਦਾ ਕਿ ਜੇ ਕੇਂਦਰ ਚਿੱਠੀ ਭੇਜਦਾ ਹੈ ਉਹ ਚਿੱਠੀ 'ਚ ਹੋਣਾ ਕੀ ਚਾਹੀਦਾ ਕੀ ਲਿਖ ਕੇ ਤੁਹਾਨੂੰ ਭੇਜੇ ਜਿਹਦੇ ਲਈ ਤੁਸੀਂ ਮੀਟਿੰਗ ਲਈ ਤਿਆਰ ਹੋ ਸਕੋ ਉਹ ਜਿਵੇਂ ਪਹਿਲਾਂ ਭੇਜਦੇ ਰਹੇ ਆ ਵੀ ਫਲਾਣੀ ਤਰੀਕ ਨੂੰ ਵਿਗਿਆਨ ਭਵਨ ਦੇ ਵਿੱਚ ਮੀਟਿੰਗ ਹੈ ਉਹਦੇ 'ਚ ਆਹ ਮੰਤਰੀ ਬੈਠਣਗੇ ਅਸੀਂ ਖੇਤੀ ਕਾਨੂੰਨਾਂ ਦੇ ਉੱਤੇ ਗੱਲ ਕਰਨੀ ਹੈ ਆਹ ਸੱਦਾ ਫਲਾਣੀ ਤਰੀਕ ਨੂੰ ਆ ਜਾਓ ਖੇਤੀਬਾੜੀ ਮੰਤਰੀ ਨਾਰਾਜ਼ੀ ਹੋ ਜਾਂ ਪ੍ਰਧਾਨ ਮੰਤਰੀ ਚਾਹੀਦੇ ਵੀ ਹਾਂ ਪ੍ਰਧਾਨ ਮੰਤਰੀ ਪਾਵਰ ਲੈ ਕੇ ਕੋਈ ਬਹਿ ਸਕਦਾ ਸਾਨੂੰ ਇਹ ਕੋਈ ਗੱਲ ਨਹੀਂ ਉਹਦੇ ਪਾਵਰਾਂ ਹੋਣ ਉਹਦੇ ਕੋਲ ਪਰ ਹੁਣ ਮਹੀਨਾ ਹੋ ਚੱਲਿਆ ਕੀ ਸਟੈਂਡ ਕੀ ਲੱਗਦਾ ਸਰਕਾਰ ਦਾ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਉੱਥੇ ਹੀ ਖੜੀ ਹੈ ਲੱਗਦਾ ਕਿ ਸਰਕਾਰ ਹੌਲੀ ਹੌਲੀ ਥੱਲੇ ਆ ਰਹੀ ਹੈ ਪਰ ਇਹਦੇ ਵਿੱਚ ਹੋਰ ਟਾਈਮ ਲੱਗੇ ਇਹ ਪਤਾ ਤਾਂ ਤੁਹਾਨੂੰ ਵੀ ਆਸਾਨ ਸਾਤੋਂ ਕੋ ਹੋਣੇ ਤੁਸੀਂ ਸਰਕਾਰ ਤਾਂ ਟਾਲ ਮਟੋਲ ਕਰਦੀ ਹੈ ਸਰਕਾਰ ਤਾਂ ਨਿਰਾਸ਼ ਕਰਕੇ ਕੰਟ ਕੱਟ ਨੂੰ ਖੰਡਾ ਕੇ ਭੇਜਣਾ ਚਾਹੁੰਦੀ ਹੈ ਜਥੇਬੰਦੀਆਂ ਨੇਕੇ ਨੂੰ ਤੋੜ ਕੇ ਇਹਨੂੰ ਖੰਡਾ ਕੇ ਭੇਜਣਾ ਚਾਹੁੰਦੀ ਹੈ ਜੇ ਅੱਜ ਇਹ ਜਿੱਤ ਗਏ ਤਾਂ ਸਰਕਾਰ ਨੇ ਮੁੜ ਕੇ ਦੂਜੇ ਜਿਹੜੇ ਕਾਨੂੰਨ ਨਵੇਂ ਬਣਾਉਣੇ ਨੇ ਹੋਰ ਨੇ ਹਮਲੇ ਕਰਨੇ ਉਹਨਾਂ ਵਾਸਤੇ ਰਿੱਕਾ ਬਣੂਗੀ ਇਹ ਲਹਿਰ ਇਹ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਸਾਰੇ ਕਿਰਤੀ ਲੋਕ ਇਕੱਠੇ ਹੋ ਗਏ ਇਹ ਤਾਂ ਇਹਨਾਂ ਦੇ ਢਿੱਡ ਦਰਦ ਪਿਛਲੇ ਇੱਕ ਮਹੀਨੇ ਦੌਰਾਨ ਅੰਦੋਲਨ 'ਚ ਕੀ ਤਬਦੀਲੀ ਹੁਣ ਤੱਕ ਤੁਸੀਂ ਦੇਖੀ ਹੈ ਕਿੰਨੀ ਕੁ ਗਿਣਤੀ ਵਧੀ ਹੈ ਪਹਿਲਾਂ ਨਾਲੋਂ ਲੋਕਾਂ ਦੀ ਤਬਦੀਲੀ ਮੈਂ ਗਿਣਤੀ ਦਾ ਨਹੀਂ ਮੈਂ ਕਹਿ ਸਕਦਾ ਵਧੀ ਹੈ ਜਾਂ ਘਟੀ ਹੈ ਗਿਣਤੀ ਦਾ ਮੈਂ ਇਹ ਦੇਖਿਆ ਵੀ ਕੰਟਰੋਲ ਬਹੁਤ ਹੈ ਬਹੁਤ ਬਹੁਤ ਧੰਨਵਾਦ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਗੁਰਾਹਾਂ ਜਿਨ੍ਹਾਂ ਦਾ ਕਹਿਣਾ ਹੈ ਕਿ ਪੜਚੋਲ ਉਹਨਾਂ ਨੇ ਕੀਤੀ ਹੈ ਚਿੱਠੀ ਦੀ ਬਾਕੀ ਜਥੇਬੰਦੀਆਂ ਦੇ ਉਹ ਸੰਪਰਕ ਦੇ ਵਿੱਚ ਨੇ ਅਤੇ ਉਹਨਾਂ ਦੀ ਪੜਚੋਲ ਇਹੀ ਕਹਿੰਦੀ ਹੈ ਕਿ ਜਥੇਬੰਦੀ ਜਿਹੜੀ ਚਿੱਠੀ ਹੈ ਉਹਦੇ ਵਿੱਚ ਕੋਈ ਸਰਕਾਰ ਨੇ ਨਵੀਂ ਗੱਲ ਨਹੀਂ ਕੀਤੀ ਹੈ ਸਰਕਾਰ ਨੂੰ ਉਸ ਸਥਿਤੀ ਦੇ ਉੱਤੇ ਸਾਫ਼ ਤੌਰ 'ਤੇ ਆਉਣਾ ਚਾਹੀਦਾ ਜੋ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਉਹ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਨੇ ਉਹ ਰੱਦ ਕਿਵੇਂ ਹੋਵੇ ਉਸ ਲਈ ਲੀਗਲ ਪ੍ਰਕਿਰਿਆ ਕੀ ਹੈ ਉਸ ਦੇ ਵਿੱਚ ਜੇਕਰ ਉਹ ਸ਼ੁਮਾਰ ਕਰਕੇ ਇਹਨਾਂ ਨੂੰ ਗੱਲਬਾਤ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਗੱਲਬਾਤ ਕਰੇ ਬਿਨਾਂ ਉਸ 'ਤੇ ਗੱਲਬਾਤ ਦਾ ਕੋਈ ਮਤਲਬ ਨਹੀਂ ਹੈ ਕੈਮਰਾ ਪਰਸਨ ਜੱਗੀ ਨਾਲ ਕੁਲਵਿੰਦਰ ਸਿੰਘ ਜਸ ਪੰਜਾਬੀ ਦਿੱਲੀ ਸੋ ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ ਹੋਈ ਹੈ ਉਸ ਤੋਂ ਬਾਅਦ ਸਾਡੇ ਨਾਲ ਬੀਕੇ ਯੂ ਲਖੋਵਾਲ ਤੋਂ ਹਰਿੰਦਰ ਸਿੰਘ ਲਖੋਵਾਲ ਜੀ ਨੇ ਲਖੋਵਾਲ ਸਾਹਿਬ ਸਭ ਤੋਂ ਪਹਿਲਾਂ ਦੱਸੋ ਕਿ ਜਿਹੜੀ ਚਿੱਠੀ ਆਈ ਆ ਉਹ ਚਿੱਠੀ ਨੂੰ ਤੁਸੀਂ ਕਿਸ ਤਰੀਕੇ ਵੇਖ ਰਹੇ ਹੋ ਲੱਗਦਾ ਹੈ ਕਿ ਉਹ ਸੱਦਾ ਹੈ ਜਾਂ ਲੱਗਦਾ ਹੈ ਕਿ ਪੁਰਾਣੀ ਗੱਲ ਨੂੰ ਹੀ ਸਰਕਾਰ ਨੇ ਚਿੱਠੀ 'ਚ ਲਿਖ ਕੇ ਭੇਜ ਨਹੀਂ ਉਹ ਕੋਈ ਸੱਦਾ ਨਹੀਂ ਲੱਗਦਾ ਗੋਲ ਮੋਲ ਚਿੱਠੀ ਆ ਜਿਹੜੇ ਪੁਰਾਣੇ ਸਾਡੇ ਫੈਸਲੇ ਹੋਏ ਆ ਜਾਂ ਮੀਟਿੰਗਾਂ ਹੋਈਆਂ ਨੇ ਉਹੀ ਸਾਨੂੰ ਉਹਨਾਂ ਨੇ ਲਿਖ ਕੇ ਦੁਬਾਰਾ ਭੇਜ ਦਿੱਤੀਆਂ ਨੇ ਅਤੇ ਉਹਦੇ ਲਈ ਅਸੀਂ ਤਿਆਰੀ ਕਰ ਰਹੀ ਹਾਂ ਕਮੇਟੀ ਬਣਾ ਲਈ ਆ ਉਹਦਾ ਅਸੀਂ ਜਵਾਬ ਜਿਹੜਾ ਕੱਲ੍ਹ ਨੂੰ ਦੇਵਾਂਗੇ ਕੱਲ੍ਹ ਸਾਡੀ ਜਿਹੜੀ ਆ ਅੱਜ ਪੰਜਾਬ ਦੀ ਮੀਟਿੰਗ ਸੀ 32 ਜਥੇਬੰਦੀਆਂ ਦੀ ਕੱਲ੍ਹ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਅਸੀਂ ਜਵਾਬ ਤਿਆਰ ਕਰਕੇ ਜਿਹੜਾ ਇਹ ਸੈਂਟਰ ਗਵਰਨਮੈਂਟ ਨੂੰ ਭੇਜ ਦੇਵਾਂਗੇ ਕਿੰਨੀ ਕੁ ਸੰਭਾਵਨਾ ਲੱਗਦੀ ਹੈ ਕਿਉਂਕਿ ਇਸ ਚਿੱਠੀ 'ਚ ਨਵੀਂ ਗੱਲ ਇਹ ਆਈ ਹੈ ਕਿ ਸਰਕਾਰ ਨੇ ਤਰੀਕ ਲਈ ਵੀ ਤੁਹਾਨੂੰ ਕਹਿਤਾ ਜਗ੍ਹਾ ਲਈ ਵੀ ਤੁਹਾਨੂੰ ਕਹਿਤਾ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਚਲੋ ਤਾਂ ਕਹਿ ਲਓ ਵੀ ਇੱਕ ਕਿਸਮ ਦੀ ਜਿੱਤ ਵੀ ਆ ਸਾਡੀ ਵੀ ਸਾਡੇ ਲਈ ਇਹਨਾਂ ਨੇ ਕਿਹਾ ਪਰ ਸਰਕਾਰ ਨੂੰ ਵੀ ਅਸੀਂ ਤਾਂ ਕਿਹਾ ਵੀ ਤੁਸੀਂ ਜਗ੍ਹਾ ਵੀ ਤੁਸੀਂ ਦੱਸੋ ਤਰੀਕ ਵੀ ਅਸੀਂ ਤੁਸੀਂ ਦੱਸੋ ਅਤੇ ਕੋਸ਼ਿਸ਼ ਕਰੋ ਵੀ ਸੀਨੀਅਰ ਜਿਹੜੇ ਨੇ ਤੁਹਾਡੇ ਤੋਮਰ ਸਾਹਿਬ ਨਾਲ ਤਾਂ ਕਿੰਨੇ ਵਾਰੀ ਗੱਲਾਂ ਹੋ ਗਈਆਂ ਨੇ ਪ੍ਰਧਾਨ ਮੰਤਰੀ ਹੁਣ ਬਾਹਰਲੇ ਦੇਸ਼ਾਂ 'ਚ
वापस नहीं लै सकते तो इन्हों सुधा कर देने पर प्रधानमंत्री कही जाते ना जी कानून बड़े चंगे है पहले एक फैसला इन्हों कर लेना चाहिए पहले प्रधानमंत्री का कहन भी आओ जो कोई तुम चाहते हो किसान तुम सड़कों पर बैठे हो 25-26 दिन हो गए इन्ने महीने का अंदोलन लड़ रहे हो आओ थोड़ा मसला हल कर जथेबंदियां यशनों तो अगे वधणगियां नहीं बदया बदांगे कोई यह जी गल नहीं हैगी पर इनू रिपील कराने तो बिना नहीं कोई चारा हैगा पर मैं यही सवाल बार बार मैं होर लीडर ने भी यही सवाल किया है कि जो तुहाडी स्थिति क्लीयर है सारी जथेबंदियां की कि असी वापस ही करवाने रद्द ही करवाने इस तों अलावा कोई इसका राह है ही नहीं फिर गलबात की टेबल पर जाने का की मतलब है कई बार ये हुंदा प्रभाव पाने का कोशिश करते ये सरकार भी पता नहीं किसानों पता नहीं ये गल्लां दा भी साडा जवाब नहीं दे सकते साडा सानू फेस नहीं कर सकते वो फेस करने लई असी मीटिंग करांगे कोई गल नहीं रिकॉर्डिंग भी असी करवाओ इनू असी दसांगे कि गल दा असी जवाब भी देवांगे तुहानू की लगता कि बेस की होना चाहिए तुहाडे वल्लों या सरकार वल्लों कोई गलबात का बेस तो होना चाहिए जिदे आधार से गलबात होएगी कोई आपस के जिन्होंने चीज़ों को लैके तुम उन्होंने को चुकना चाहते हैं सरकार तुहाडे को तुहानू बेस की लगता है कि बेस की होवे गलबात का खुला मानना सरकार सानू सद्दा दे भी आओ थोड़े पूरे मसले असी हल करांगे कानून च साडे च नुक्शा इन्हां नू दूर करांगे इन्हां नू वापस करांगे जे तुसीं सानू मना लोगे असी वापस कर देंगे नहीं असी तुहानू मना लांगे जिहड़ा बंदा मना गया उहदी गल मन लैनी चाहीदी आ सीधी प्रेस नूं दे देनी चाहिए सीधी मीडिया तो कर देनी चाहिए जे असी सच्चे हाँ तो वापस कर दो जे सरकार सानू झूठा कर देनी है तो ना वापस करे लगता कि हुण प्रधानमंत्री नूं ही गल करनी चाहिए आ स्टेट से तो इन्ने दिन हो गया तो प्रधानमंत्री आप आना चाहिए क्योंकि होर किसानों मिलता तुरै फिर भी सू जथेबंदियों मिलना चाहिए तो मसला हल करना चाहिए एक मैंने ये दसो जो क्या कि बरतानिया के प्रधानमंत्री जोड़े इतने आने वाले ने उन्होंने लैके की कुछ तैयारी है किमें चिट्ठी भी लिखन जा रहे हो तो लोगों को किमें अपील करोगे जोड़े उत्थे लोग वसे हुए हैं उत्थे लोगों सारा कुछ पता जोड़े साढ़े उत्थे एम पी आसी उन्होंने भी बेनती की उन्होंने चिट्ठी भी लिखा भी तुम प्रधानमंत्री जी ने रोको तो उन्होंने कहो भी किसानों का मसला सही है जोड़े किसान उत्थे बैठे ने इन्ने दिन के तो भी उन्होंने मसला हल करो फिर तुम उत्थे जायो ये असी उन्होंने अपील की मैंने दसो कि शहीद दिहाड़ा मना रहे हैं लोग छोटे साहबजादों का माता गुजरी जी का जोड़ा जथेबंदी ने सद्दा दिता है मतलब इतने ही मनाया जाएगा तो जोड़े लोग इधर फतेहगढ़ साहब वाले पास जाते हैं कि उत्थे भी तुम लोगों को अपील करेंगे कि उत्थों मत्था टेकन तो बाद इतने भी वो आके अपनी हाजिरी लवा हाँ क्योंकि असी इतने बैठे हाँ जोड़े बंदे इतने नहीं जा सक कित जा सकते अगे तो असी फतेहगढ़ साहब मत्था टेकता हर एक सिख टेकता भावें एक दो दिन पहला टेके या दो दिन बाद टेके लोग उतों भी मत्था टेक के इतने आवगे तो पर असी जे इतने लोग बैठे हैं इतने भी पूरी तरह असी शहीद दिहाड़ा मनावे थोड़ी जथेबंदी ने सरकार के रवैये कोई तब्दीली देखी है तो नाल पूरा एक महीना होने वाला इतने लोगों बैठे हुए लोगों से तो लगता है कि उस तरीके का जोश बरकरार है हाँ लोगों जोश बरकरार है देखो कितनी ठंड आ अज की रिपोर्ट आ भी एक ट्राली मुड़ी है दोपहर तक 15 ट्रालियां आईया ने तुम देखो शहीदी दिवस तो बाद किमें लोग बहीर कत्त के आ रहे असी अपील भी की हुई है भी हरेक पिंड एक ट्राली होर आ जाए हरेक परिवार चो एक बंदा होर आ जाए लोगों च पूरा उत्साह लोग आ जाएंगे लड़ाई भावें लंबी हो जाए जिनी मर्जी लंबी हो पर असी जित के ही मुड़ा बहुत बहुत धन्यवाद इस हरिंदर सिंह लखोवाल जी जिन्हों का कहना है कि लड़ाई उन्होंने लगातार जारी है जी तो इस लड़ाई के विचाले वो कह रहे हैं कि लोगों को अपील की गई खास तौर उत्ते कि जो छोटे साहबजादों तो माता गुजरी जी का शहीद दिहाड़ा आ रहा है उस मौके लोग जोड़े ने इस अंदोलन के आके अपनी हाजिरी जरूर लगवा कैमरा परसन जग्गी कुलविंदर सिंह जस पंजाबी दिल्ली।